ਜੇ ਚਨੂਣੇ ਲੜਦੇ ਹੋਣ ਤਾਂ ਬੱਤੀ ਦੇਣੀ ਪੈਂਦੀ ਹੈ। ਉਹਨੇ ਫਿਰ ਉਹ ਗੱਲ ਕਹੀ, ਜੋ ਗੁਰਸਿੱਖ ਆਦਮੀ ਹੈ ਉਹਨੂੰ ਇਹ ਕਹਿ ਰਿਹਾ ਕਿ ਤੈਨੂੰ ਚਨੂਣੇ ਲੜਦੇ ਨੇ, ਤੈਨੂੰ ਬੱਤੀ ਤਾਂ ਦਿੱਤੀ ਸੀ ਮੈਂ। ਬੱਤੀ ਨੂੰ ਗਾਲ ਨਹੀਂ ਕਹਿੰਦੇ, ਮਾਵਾਂ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਨੂਣੇ ਲੜਦੇ। ਮਾਫੀ ਮੰਗਣੀ, ਮਾਫੀ ਦਾ ਢੋਂਗ ਕਰਨਾ, ਇਹ ਕਿੱਥੋਂ ਸਿੱਖ ਰਿਹਾ ਹੈ? ਇਹ ਸਿੱਖ ਰਿਹਾ ਡੇਰੇ ਸਰਸੇ ਵਾਲੇ ਸਾਹਿਬ ਤੋਂ। ਤੇ ਇਹਦੀ ਮਾਂ ਸੀ ਜਿਹੜੀ, ਉਹ ਡੇਰੇ ਦੀ ਪ੍ਰੇਮਣ ਸੀ ਗੁਰਦਾਸ ਮਾਨ ਦੀ, KPS ਗਿੱਲ ਦਾ ਯਾਰ। ਤੇ ਯਾਰ ਸਾਡਾ ਕੀ ਲੱਗਿਆ? ਉਹ ਭਾਈ ਸਾਹਿਬ ਮੈਨੂੰ ਦੱਸੋ, ਅੱਜ ਤੀਕਰ ਇਹਨਾਂ ਨੇ ਨੱਚ ਗਾ ਕੇ ਪੈਸੇ ਕਮਾਏ ਨੇ ਤੇ ਕਹਿੰਦੇ ਨੇ ਸੇਵਾ ਕੀਤੀ ਹੈ। ਸੇਵਾ ਕੀਤੀ, ਪੰਜਾਬ ਦੀ ਬਹੁਤ ਸੇਵਾ ਕੀਤੀ ਸੀ ਸਰਦਾਰ ਜਸਵੰਤ ਸਿੰਘ ਖਾਲੜੇ ਨੇ। ਖਾਲੜਾ ਲਾਸ਼ਾਂ ਦਾ ਹਿਸਾਬ ਗਿਣ ਰਿਹਾ ਸੀ, ਇਹ ਸਟੇਜ ਤੇ ਨੱਚ ਕੇ ਆਂਦਾ ਹੁੰਦਾ ਸੀ ਕਿ ਸ਼ਰਾਬ ਹੋਵੇ ਤੇ ਨਾਲ ਗੰਡਾ ਹੋਵੇ। ਉਹਦੇ ਜਿਹੜੇ ਪ੍ਰਸ਼ੰਸਕ ਕਹਿੰਦੇ ਉਹਨੇ ਮਾਫੀ ਮੰਗ ਲਈ, ਗਲਤੀ ਦੀ ਮਾਫੀ ਹੁੰਦੀ, ਹੋਰ ਦੱਸੋ ਕੀ ਕਰੇ? ਰਾਜੇ ਮਹਾਰਾਜੇ ਨੇ ਦਰਬਾਰ ਦੇ ਅੰਦਰ ਨੱਚਣ ਵਾਲਿਆਂ ਨੂੰ ਕਿਤੇ ਰਾਜ ਤੇ ਨਹੀਂ ਬਾਈਦਾ ਸੀ। ਅਸੀਂ ਇੱਕ ਨੱਚਣ ਵਾਲੇ ਬੰਦਿਆਂ ਨੂੰ ਸਿਰ ਤੇ ਬਾਲਿਆ, ਅਸੀਂ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਹੀਰੋ ਮੰਨਣਾ ਸੀ। ਉਹ ਕਹਿੰਦਾ ਕਿੱਥੇ ਪੰਜਾਬ ਦਾ ਪੁੱਤਰ ਮਰਿਆ, ਕਿੱਥੇ ਬੀਬੀ ਮਰੀ, ਕਿੱਥੇ ਬਜ਼ੁਰਗ ਮਰਿਆ। ਉਹਨਾਂ ਬੁੱਢੇ ਵੀ ਨੱਚਣ ਗਏ ਨੇ, ਬੁੱਢੇ ਵੀ ਨੱਚਾਏ ਨੇ, ਉਹਨਾਂ ਦਿਲ ਜਵਾਨ ਹੋਣਾ ਚਾਹੀਦਾ। ਉਹ ਕਹਿੰਦਾ ਨਹੀਂ, ਜਿੱਥੇ ਜਵਾਨ ਮਾਰਿਆ ਤੇ ਬਾਪੂ ਮਰਿਆ ਨਾਲ ਧੀ ਮਰੀ ਹੈ। ਉਹ ਕਹਿੰਦਾ ਨਹੀਂ, ਕੁੜੀ ਨਚਾਉਣੀ ਹੈ। ਉਹ ਕਹਿੰਦਾ ਕੁੜੀ ਦੀ ਲਾਸ਼ ਲੱਭਣੀ ਹੈ, ਫਰਕ ਕਿੰਨਾ ਹੋ ਗਿਆ? ਮੇਰੀ ਤਾਂ ਬੇਨਤੀ ਹੈ ਪੰਜਾਬ ਦੇ ਮੁੰਡਿਆਂ ਨੂੰ ਆਪਦੇ ਹੀਰੋ ਪਛਾਣ ਲਓ। ਲੀਡਰਾਂ ਨੇ ਅਕਾਲ ਤਖਤ ਸਾਹਿਬ ਨੂੰ ਪਾਸੇ ਕੀਤਾ ਤੇ ਨਚਾਰਾਂ ਨੇ ਕੌਮ ਦੇ ਉਲਟ ਚੱਲੇ। ਹੁਣ ਇੱਦੂ ਥੋੜ੍ਹੇ ਦਿਨ ਹੋ ਗਏ, ਉਹ ਹਨੀ ਕਿਹੜਾ ਹੈ? ਉਹਨੇ ਕਿਹਾ ਕਿ ਮੈਂ ਸ਼ਰਾਬ ਦੇ ਨਾਲ ਹੀ ਕੌਮ ਨੂੰ ਖਤਮ ਕਰ ਦੂੰਗਾ, ਇਹਨਾਂ ਨੂੰ ਚੜਾਓ ਸਿਰ ਤੇ। ਉਹਨੇ ਕਿਹਾ ਵੀ ਇਹਨਾਂ ਦੀ ਰਗਾ ਚਵਾੜੂਗਾ, ਮਤਲਬ ਉਹ ਮੰਨ ਗਿਆ। ਕਿਤੇ ਤਾਮਿਲ ਤੇ ਕਰਨਾਟਕਾ ਜਾ ਕੇ ਦੇਖਣ, ਉੱਥੋਂ ਦੇ ਫਿਲਮੀ ਐਕਟਰਾਂ ਨੂੰ ਲੋਕ ਪੂਜਦੇ ਨੇ, ਇਹਨਾਂ ਨੂੰ ਛਿੱਤਰ ਪੈਂਦੇ। ਪੰਥ ਦਾ ਸਤਿਕਾਰਯੋਗ ਮੁਖੀ ਹੈ, ਉਹਨੂੰ ਲੋਕ ਮੱਥਾ ਟੇਕਦੇ ਨੇ, ਬਾਬਾ ਚ ਬਲਜਿੰਦਰ ਸਿੰਘ ਚਰਨ ਘਾਟ। ਮਤਲਬ ਇਹ ਇਹਤੇ ਸਿੱਖ ਆਗੂਆਂ ਦਾ ਚੁੱਪ ਰਹਿਣਾ ਕੀ ਮਾਇਨੇ? ਇਹਨਾਂ ਲੋਕਾਂ ਨੇ ਡੇਰੇ ਪ੍ਰਮੋਟ ਕੀਤੇ ਨੇ। ਜਿਹਨੇ ਡੇਰਾ ਪ੍ਰਮੋਟ ਕੀਤਾ ਹੋਵੇ ਪੰਜਾਬ ਦੇ ਅੰਦਰ, ਉਹ ਡਰਦਾ ਹੀ ਨਹੀਂ ਬੋਲਦਾ ਪਿਆ, ਅਗਲਾ ਤਾਂ ਕੱਲ੍ਹ ਨੂੰ ਸਾਡੀਆਂ ਗੱਲਾਂ ਬਾਹਰ ਆਉਣਗੀਆਂ। ਜਿਹਦਿਨ ਪਰਚਾ ਦਰਜ ਹੁੰਦਾ, ਉਹ ਥੋੜ੍ਹੇ ਦਿਨਾਂ ਦੇ ਬਾਅਦ ਹੀ, ਕੁਛ ਘੰਟਿਆਂ ਦੇ ਬਾਅਦ ਹੀ ਪੈਸਾ ਚੜ੍ਹਨ ਲੱਗ ਪੈਂਦਾ। ਇਹ ਡੇਰੇ ਨੇ ਜਿਹੜੇ, ਉਹ ਸਾਡੀਆਂ ਬੀਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜੀ, ਜੇ ਤੁਹਾਨੂੰ ਹਰਿਮੰਦਰ ਸਾਹਿਬ 'ਚ ਕੁਛ ਨਹੀਂ ਮਿਲਿਆ ਨਾ, ਜੇ ਤੁਹਾਨੂੰ ਫਤਿਹਗੜ੍ਹ ਸਾਹਿਬ ਅਤੇ ਅਨੰਦਪੁਰ ਸਾਹਿਬ 'ਚ ਕੁਛ ਨਹੀਂ ਮਿਲਦਾ, ਤਾਂ ਫਿਰ ਡੇਰਿਆਂ 'ਚ ਕੁਛ ਨਹੀਂ ਮਿਲਣਾ ਬੀਬਾ। ਪੰਜਾਬ ਗੁਰੂਆਂ ਪਾਤਸ਼ਾਹਾਂ ਭਗਤਾਂ ਫਕੀਰਾਂ ਦੀ ਧਰਤੀ ਹੈ। ਪੰਜਾਬ ਦੇ ਵਿੱਚ ਇੱਕ ਪਾਸੇ ਅਜਿਹੀਆਂ ਸ਼ਖਸੀਅਤਾਂ, ਅਜਿਹੇ ਲੋਕ ਹੋਏ ਨੇ, ਨਾਇਕ ਹੋਏ ਨੇ, ਜਿਨ੍ਹਾਂ ਨੇ ਪੰਜਾਬ ਦੀ ਰੂਹ ਮੁਤਾਬਕ, ਪੰਜਾਬ ਦੇ ਸੁਭਾਅ ਮੁਤਾਬਕ ਪੰਜਾਬ ਦਾ ਪ੍ਰਚਾਰ ਕੀਤਾ, ਸੇਵਾ ਕੀਤੀ ਆ, ਅਤੇ ਨਾਲ ਹੀ ਕੁਝ ਅਜਿਹੇ ਬੰਦੇ ਹੋਏ ਆ ਜਿਨ੍ਹਾਂ ਨੇ ਪਹਿਰਾਵਾ ਬੇਸ਼ੱਕ ਪੰਜਾਬੀਆਂ ਵਾਲਾ ਪਹਿਨਿਆ ਹੋਵੇ, ਸਿੱਖਾਂ ਵਾਲਾ ਵੀ ਪਾਲਿਆ ਹੋਵੇ, ਪਰ ਉਹਨਾਂ ਨੇ ਸਦਾ ਪੰਜਾਬ ਦੇ ਨਾਲ ਅਸਲ ਗਦਾਰੀ ਕੀਤੀ ਹੈ, ਜਿਹੜੀ ਕਈ ਵਾਰ 10-20-30-40 ਸਾਲਾਂ ਬਾਅਦ ਜਿਹੜੀ ਆ ਉਜਾਗਰ ਹੋਈ ਹੈ। ਅੱਜ ਅਸੀਂ ਇੱਕ ਅਜਿਹੇ ਮਸਲੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਕੁਝ ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਦੇ ਉੱਤੇ ਗੁਰਦਾਸ ਮਾਨ ਦਾ ਵਿਰੋਧ ਹੋਇਆ, ਕਿਉਂਕਿ ਉਹਨੇ ਉਸ ਵਕਤ ਇੱਕ ਬਿਆਨ ਦਿੱਤਾ ਸੀ ਵੀ ਮਾਸੀ ਚੰਗੀ ਹੈ, ਪੰਜਾਬੀ ਮਾਂ ਬੋਲੀ ਦੇ ਖਿਲਾਫ ਵਰਗਾ ਜਿਹੜਾ ਬਿਆਨ ਆ ਉਹਨੇ ਦਿੱਤਾ ਸੀ। ਸਿੱਖਾਂ ਵੱਲੋਂ ਜਿਹੜੀ ਇਹਦੀ ਵਿਰੋਧਤਾ ਉਹ ਕਰਨੀ ਸੁਭਾਵਿਕ ਸੀ। ਤਾਂ ਹੁਣ ਪਿਛਲੇ ਦਿਨ ਹੀ ਜਦੋਂ ਗੁਰਦਾਸ ਮਾਨ ਨੇ ਅਮਰੀਕਾ ਜਾਣਾ ਸੀ, ਉਹਦਾ ਬਹੁਤ ਤਿੱਖੇ ਜਿਹੜਾ ਤਰੀਕੇ ਦੇ ਨਾਲ ਸਿੱਖਾਂ ਨੇ ਜਜ਼ਬਾਤੀ ਹੋ ਕੇ ਜਿਹੜਾ ਉਹਦਾ ਵਿਰੋਧ ਕੀਤਾ, ਜਿਹੜਾ ਸਿੱਖ ਭਾਵਨਾਵਾਂ ਦੇ ਵਿੱਚੋਂ ਨਿਕਲਿਆ ਹੋਇਆ ਰੋਸ ਸੀਗਾ, ਤਾਂ ਉਹਨੇ ਮਾਫੀ ਮੰਗੀ, ਰੋਂਦਿਆਂ ਜਿਹਾ ਮਾਫੀ ਮੰਗੀ। ਉਸ ਤੋਂ ਬਾਅਦ ਉਹਨੇ ਫਿਰ ਜਿਹੜੀ ਉਦੋਂ ਗੱਲ ਕਹੀ ਸੀ ਬੱਤੀ ਵਾਲੀ, ਉਹਨੂੰ ਦੁਹਰਾਇਆ, ਕਹਿੰਦਾ ਵੀ ਜੇ ਚਨੂਣੇ ਲੜਦੇ ਹੁਣ ਭਾਈ ਬੱਤੀ ਦੇਣੀ ਪੈਂਦੀ ਹੈ। ਇਸ ਤਰ੍ਹਾਂ ਦੀ ਉਹਨੇ ਜਿਹੜਾ ਆਪਣੇ ਆਪ ਨੂੰ ਫਿਰ ਠੀਕ ਕੀਤਾ ਵੀ ਮੈਂ ਠੀਕ ਹੀ ਗਾਇਆ ਸੀਗਾ।
ਤਾਂ ਅੱਜ ਅਸੀਂ ਜਿਹੜਾ ਹੈਗਾ ਵਕੀਲ ਹਰਪਾਲ ਸਿੰਘ ਖਾਰਾ ਦੇ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਕਿਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਪੰਜਾਬ ਦਾ ਮਾਣ ਅਖਵਾਉਣ ਵਾਲੇ ਬਣ ਜਾਂਦੇ ਆ, ਅਤੇ ਜਦੋਂ ਅਸਲੀ ਪੰਜਾਬੀ ਮਾਂ ਬੋਲੀ ਦੀ ਗੱਲ ਜਦੋਂ ਚੁਣੌਤੀ ਵਰਗਾ ਮਾਹੌਲ ਹੋਵੇ ਤਾਂ ਉਦੋਂ ਝੱਟ ਸਰਕਾਰ ਦੀ ਝੋਲੀ ਜਾ ਪੈਂਦੀ ਹੈ। ਅਤੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਜਗਰਾਓਂ ਲਾਗਲੇ ਡੇਰੇ ਦੇ ਵਿੱਚ ਜਿਹੜਾ ਇੱਕ ਕੁਕਰਮੀ ਜਿਹੜਾ ਹੈਗਾ ਬਲਜਿੰਦਰ ਢੋਂਗੀ ਬਾਬੇ ਵੱਲੋਂ ਉੱਥੇ ਆ ਰਹੀਆਂ ਔਰਤਾਂ ਨੂੰ ਜਿਹੜਾ ਆਪਣੇ ਜਾਲ 'ਚ ਫਸਾ ਕੇ ਉਹਨਾਂ ਦੇ ਨਾਲ ਜੋ ਸ਼ੋਸ਼ਣ ਕੀਤਾ, ਅੰਮ੍ਰਿਤਪਾਲ ਸਿੰਘ ਮਹਿਰੋਂ ਹੁਣ ਉਹ ਮੁੱਦਾ ਚੁੱਕਿਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਵਾਗਤ ਹੈ ਖਹਿਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਹਿਰਾ ਸਾਹਿਬ, ਗੁਰਦਾਸ ਮਾਨ ਜਿਹਨੂੰ ਲੰਮਾ ਸਮਾਂ ਪੰਜਾਬ ਦਾ ਸਰਕਾਰ ਪੱਖੀ ਮੀਡੀਆ ਪੰਜਾਬੀਆਂ ਦਾ ਮਾਣ ਗੁਰਦਾਸ ਮਾਨ ਕਹਿੰਦਾ ਰਿਹਾ, ਜਿਹੜੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ ਕਹਾਣੀ ਅਖਾੜੇ 'ਚ ਲਾਉਣ ਦੀ ਖਾਤਰ, ਉੱਥੇ ਸ਼ੋਅ ਬੁੱਕ ਹੋ ਗਏ ਸੀ, ਸਾਰਾ ਕੁਛ ਮਾਫ਼ੀ ਮੰਗ ਲਈ, ਨਹੀਂ ਜੀ ਮੈਂ ਤਾਂ ਮਾਫ਼ੀ ਉਦੋਂ ਵੀ ਮੰਗ ਲਈ ਸੀ, ਪਰ ਫਿਰ ਜਦੋਂ ਨਾ ਗੱਲ ਬਣੀ ਫਿਰ ਉਹਨੇ ਦੁਬਾਰੇ ਆਪਣੀ ਗੱਲ ਨੂੰ ਦੁਹਰਾਇਆ ਵੀ ਜੇ ਚਨੂਣੇ ਲੜਦੇ ਹੋਣ ਤਾਂ ਬੱਤੀ ਦੇਣੀ ਪੈਂਦੀ ਹੈ। ਉਹਨੇ ਫਿਰ ਉਹ ਗੱਲ ਕਹੀ ਵੀ ਮੈਂ ਤਾਂ ਠੀਕ ਸੀ, ਤੁਸੀਂ ਗਲਤ ਹੋ। ਪੰਜਾਬੀਆਂ ਦਾ ਕਿੱਡਾ ਕੁ ਵੱਡਾ ਮਾਣ ਹੈ ਗੁਰਦਾਸ ਮਾਨ, ਕਿੰਨਾ ਕੁ ਮਾਣ ਹੋਣਾ ਚਾਹੀਦਾ? ਦੇਖੋ ਤੁਸੀਂ ਭਾਈ ਜਸਵੀਰ ਸਿੰਘ, ਇਹ ਗੱਲ ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਮਾਫ਼ੀ ਮੰਗਣੀ, ਮਾਫ਼ੀ ਦਾ ਢੋਂਗ ਕਰਨਾ, ਇਹ ਕਿੱਥੋਂ ਸਿੱਖ ਰਿਹਾ ਹੈ? ਇਹ ਸਿੱਖ ਰਿਹਾ ਡੇਰੇ ਸਰਸੇ ਵਾਲੇ ਸਾਹਿਬ ਤੋਂ। ਉਹਨੇ ਵੀ ਪਹਿਲਾਂ ਮਾਫ਼ੀ ਮੰਗਾਈ, ਇਹੀ ਇੱਕ ਐਪੀਸੋਡ ਹੋਇਆ ਜੋ ਉਸ ਵਕਤ ਦੇ ਲੀਡਰਾਂ ਨੇ ਰਲ ਕੇ ਕੰਮ ਕੀਤਾ, ਤਾਂ ਉਹ ਮਾਫ਼ੀ ਮੰਗਦਾ, ਉਸ ਤੋਂ ਬਾਅਦ ਕਹਿੰਦਾ ਮੈਂ ਤਾਂ ਮਾਫ਼ੀ ਨਹੀਂ ਮੰਗਦਾ। ਸੇਮ ਐਪੀਸੋਡ 'ਚ ਇਹ ਬੰਦਾ ਆ ਰਿਹਾ, ਰੋਂਦਾ ਹੈ, ਮਾਫ਼ੀ ਮੰਗਦਾ ਹੈ, ਤਾਂ ਅਗਲੇ ਦਿਨ ਉਹ ਬੱਤੀ ਚਲਾਉਣੇ ਦੀ ਗੱਲ ਕਰਦਾ। ਸਰਸੇ ਵਾਲਾ ਸਾਧ ਕੌਮ ਨੂੰ ਚੜਾਉਂਦਾ ਹੈ ਜੀ। ਸੇਮ ਐਪੀਸੋਡ 'ਤੇ ਇਹ ਆਦਮੀ ਮਾਨ ਕੌਮ ਨੂੰ ਚੜਾਉਂਦਾ ਹੈ, ਉਹਨਾਂ ਨੂੰ ਚਲੂਣੇ ਲੜਦੇ ਦੱਸਦਾ ਹੈ। ਉਹਨੂੰ ਸਮਝਣ ਦੀ ਲੋੜ ਹੈ, ਇੱਕ ਕੌਮ ਦੇ ਬੰਦੇ ਨੂੰ ਜੋ ਗੁਰਸਿੱਖ ਆਦਮੀ ਹੈ ਉਹਨੂੰ ਇਹ ਕਹਿ ਰਿਹਾ ਕਿ ਤੈਨੂੰ ਚਲੂਣੇ ਲੜਦੇ ਨੇ, ਤੈਨੂੰ ਬੱਤੀ ਤਾਂ ਦਿੱਤੀ ਸੀ ਮੈਂ, ਉਹਦੀ ਡੈਫੀਨੇਸ਼ਨ ਇਹ ਜਾਂਦੀ ਹੈ। ਇਹ ਵੀ ਉਹ ਚੜਾਉਂਦਾ ਸੀ ਸਾਧ, ਅਤੇ ਇਹਦੀ ਮਾਂ ਸੀ ਜਿਹੜੀ ਉਹ ਡੇਰੇ ਦੀ ਪ੍ਰੇਮਣ ਸੀ ਗੁਰਦਾਸ ਮਾਨ ਦੀ, ਇਹੀ ਤਾਂ ਹੈ ਸਾਰਿਆਂ ਨੂੰ ਪਤਾ ਪਹਿਲਾਂ। ਹੁਣ ਪਿਛੋਕੜ ਇੱਕ ਹੈ, ਸੋਚ ਇੱਕ ਹੈ, ਸਾਡੀ ਬਦਕਿਸਮਤੀ ਇੱਕ ਹੈ ਕਿ ਸਾਡੀ ਕੌਮ ਨੂੰ ਲੋਕਾਂ ਨੇ ਵਰਤਿਆ। ਜਿਹੜਾ ਤੁਸੀਂ ਦੂਜਾ ਸਾਧ ਦਾ ਨਾਂ ਲੈ ਰਹੇ ਹੋ, ਇਹੀ ਲੋਕ ਸਾਨੂੰ ਵਰਤਦੇ ਨੇ, ਇਹੀ ਗੁਰਦਾਸ ਮਾਨ ਨੇ ਸਾਨੂੰ ਵਰਤਿਆ। ਜਦੋਂ ਪਹਿਲਾਂ ਸਟਾਰਟਿੰਗ ਹੁੰਦੀ ਹੈ ਤਾਂ ਇਹ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦਾ ਸਹਾਰਾ ਲੈਂਦੇ ਨੇ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਲੈ ਕੇ ਸ਼ਬਦ ਗਾਉਂਦੇ ਨੇ। 1988 ਦੇ ਕਰੀਬ ਆ ਕੇ ਉੱਚਾ ਦਰ ਬਾਬੇ ਨਾਨਕ ਦਾ ਫਿਲਮ ਆਉਂਦੀ ਹੈ, ਉਦੋਂ ਖਾਕੂਵਾਦ ਸੀ ਜੀ, ਪਤਾ ਸੀ ਪੇਸ਼ ਨਹੀਂ ਜਾਣੀ। ਤਾਂ ਉੱਚੇ ਦਰ ਬਾਬੇ ਨਾਨਕ ਤੋਂ ਬਾਅਦ ਅਸੀਂ ਲੋਕ ਭਾਵਕ ਇਮੋਸ਼ਨਲ ਅਸੀਂ ਇਹਨੂੰ ਸਿਰ 'ਤੇ ਚੁੱਕ ਲਿਆ। ਪਰ ਜਦੋਂ ਖਾਕੂਵਾਦ 1992-93 ਦੇ ਅੰਦਰ ਉਹਨਾਂ ਦੇ ਫੇਕ ਇਨਕਾਊਂਟਰ ਹੋਣ ਲੱਗਦੇ ਨੇ ਤੇ ਉਧਰ ਤਾਂ ਦਵਾਈਆਂ ਪੈਂਦੀਆਂ ਨੇ, ਲਾਸ਼ਾਂ ਦੇ ਢੇਰ ਲੱਗੇ ਨੇ, ਤੇ ਇਹ ਰਾਤ ਨੂੰ KPS ਗਿੱਲ ਨਾਲ ਲੱਗ ਕੇ ਨੱਚਦਾ ਸੀ ਪੰਜਾਬ ਦੇ ਅੰਦਰ। ਉਸ ਵਕਤ ਭੰਗੜੇ ਪੈਂਦੇ ਸੀ ਜਦੋਂ ਸਾਡੇ ਸਿੱਖਾਂ ਮੁੰਡਿਆਂ ਦੇ ਸਿਵੇ ਬਲਦੇ ਸੀ, ਭੁੱਬਾਂ ਮਾਰਦੀਆਂ ਸੀਗੀਆਂ ਮਾਵਾਂ, ਤੇ ਇਹ ਸਟੇਜ ਤੇ ਨੱਚ ਕੇ ਆਉਂਦਾ ਹੁੰਦਾ ਸੀ ਕਿ ਸ਼ਰਾਬ ਹੋਵੇ ਤੇ ਨਾਲ ਗੰਢਾ ਹੋਵੇ। ਸਾਡੀ ਮੱਤ ਉਦੋਂ ਵੀ ਮਰੀ ਗਈ, ਅਸੀਂ ਨਹੀਂ ਸਮਝੇ ਕਿ KPS ਗਿੱਲ ਦਾ ਯਾਰ ਤੇ ਯਾਰ ਸਾਡਾ ਕੀ ਲੱਗਿਆ, ਉਹ ਪੰਜਾਬ ਦਾ ਮਾਣ ਕਿਵੇਂ ਹੋ ਸਕਦਾ, ਕਿਵੇਂ ਮਾਣ ਹੋ ਸਕਦਾ ਉਹ? ਦੇਖੋ ਸਾਨੂੰ ਜਦੋਂ ਸਮਝ ਆਉਂਦੀ ਹੈ ਉਦੋਂ ਟਾਈਮ ਲੰਘ ਚੁੱਕਾ।
ਜਿਵੇਂ ਅਸੀਂ ਹੁਣ ਸੁਮੇਲ ਸਿੰਘ ਸੈਣੀ ਦੇ ਬੇਲੀਆਂ ਨੂੰ ਫੜਿਆ ਹੋਇਆ ਧੌਣ ਤੋਂ, ਜਿਹੜੇ ਸੈਣੀ ਦੇ ਬੇਲੀ ਲੀਡਰ ਸੀ ਉਹ ਸਾਡੇ ਕੀ ਲੱਗੇ? ਉਹ ਵੀ ਸਾਡਾ ਐਂਟੀ ਸਿੱਖ ਸੀ ਜੀ। ਕੇ ਪੀ ਐਸ ਗਿੱਲ ਵੀ ਐਂਟੀ ਸਿੱਖ ਸੀ। ਇਹ ਪੱਗ 'ਤੇ ਇਹਨਾਂ ਦੀਆਂ ਦਾੜੀਆਂ ਸ਼ਕਲਾਂ ਨਹੀਂ ਵੇਖਣੀਆਂ। ਕੌਮ ਦੇ ਉਲਟ ਕੌਣ ਹੈ? ਇਹ ਕੌਮ ਦੇ ਉਲਟ ਨੇ ਲੋਕ। ਇਹ ਤੁਹਾਨੂੰ ਪਸੰਦ ਨਹੀਂ ਕਰਦੇ, ਇਹਨਾਂ ਦੀ ਮਜਬੂਰੀ ਹੈ। ਇੱਕ ਅੱਧਾ ਗਾਣਾ ਜਾਂ ਤੁਹਾਡੀ ਪੱਗ 'ਤੇ ਬਣਾ ਦੇਣਾ ਅਤੇ ਤੁਹਾਡੇ ਦੋ ਲਫ਼ਜ਼ ਪੰਜਾਬੀ 'ਤੇ ਬੋਲ ਦੇਣੇ। ਨਫ਼ਰਤ ਆ ਇਹਨਾਂ ਲੋਕਾਂ ਨੂੰ ਤੁਹਾਡੇ ਨਾਲ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਤੇ ਤਾਮਿਲ ਅਤੇ ਕਰਨਾਟਕਾ ਜਾ ਕੇ ਦੇਖਣ, ਉੱਥੋਂ ਦੇ ਫਿਲਮੀ ਐਕਟਰਾਂ ਨੂੰ ਲੋਕ ਪੂਜਦੇ ਨੇ, ਇਹਨਾਂ ਨੂੰ ਛਿੱਤਰ ਪੈਂਦੇ ਨੇ। ਕਾਰਨ ਕੀ ਹੈ? ਉਹ ਆਪਦੀ ਮਿੱਟੀ ਦੇ ਨਾਲ, ਆਪਦੀ ਭਾਸ਼ਾ ਦੇ ਨਾਲ ਜੁੜ ਚੁੱਕੇ ਨੇ। ਕਿਤੇ ਉਹਨਾਂ ਦੇ ਸ਼ੋਰੂਮ ਅਤੇ ਹੋਟਲਾਂ 'ਚ ਜਾਏ, ਫਾਈਵ ਸਟਾਰ ਹੋਟਲਾਂ 'ਚ, ਛੋਟੇ ਜਿਹੇ ਲਫ਼ਜ਼ 'ਚ ਵੀ ਹਿੰਦੀ ਨਹੀਂ ਲਿਖਦੇ। ਆਪਦੀ ਕੌਮ ਦਾ, ਆਪਦੀ ਕੌਮ ਦੇ ਨਾਂ 'ਤੇ ਜਿਹੜੀ ਉਹਨਾਂ ਦੀ ਬੋਲੀ ਹੈ ਉਸ ਨੂੰ ਪਹਿਲ ਦਿੰਦੇ ਨੇ। ਪਰ ਜਿਹੜੇ ਗੁਰਦਾਸ ਮਾਨ ਨੂੰ ਸੁਣਨ ਵਾਲੇ ਆ, ਉਹਨਾਂ ਨੂੰ ਜਿਹੜਾ ਵੇਖਣ ਵਾਲੇ ਪ੍ਰਸ਼ੰਸਕ ਹੈ ਖਰ ਸਾਹਿਬ, ਪਿਛਲੇ ਦਿਨਾਂ ਤੋਂ ਨਾ, ਕਿਉਂਕਿ ਵੱਡੇ ਪੱਧਰ 'ਤੇ ਸਿੱਖਾਂ ਨੇ ਵਿਰੋਧਤਾ ਕੀਤੀ ਹੈ ਵਿਦੇਸ਼ ਦੇ ਟੈਲੀਵਿਜ਼ਨ ਰੇਡੀਓ ਦੇ ਵਿੱਚ, ਜਿਹੜੀ ਪੂਰੀ ਆਲੋਚਨਾ ਹੋਈ ਵੀ ਗੁਰਦਾਸ ਮਾਨ ਤੂੰ ਸਾਰੀ ਉਮਰ ਦੀ ਕੀਤੀ ਕਰਾਈ ਜਿਹੜੀ ਹੈ, ਕਿਉਂਕਿ ਬੁੱਢੇ ਬਾਰੇ ਜਿੱਦਾਂ ਕਹਿੰਦੇ ਪੰਜਾਬੀ 'ਚ ਕਹਾਵਤ, ਬੁੱਢੇ ਬਾਰੇ ਖੇਹ ਪਵਾ ਲਈ, ਉਹ ਹੋਈ ਤਾਂ ਮਤਲਬ ਮਾਫ਼ੀ ਮੰਗੀ ਹੈ ਉਹਦੇ ਜਿਹੜੇ ਪ੍ਰਸ਼ੰਸਕ, ਕਹਿੰਦੇ ਉਹਨੇ ਮਾਫ਼ੀ ਮੰਗ ਲਈ, ਗਲਤੀ ਦੀ ਮਾਫ਼ੀ ਹੁੰਦੀ, ਹੋਰ ਦੱਸੋ ਕੀ ਕਰੇ? ਉਹ ਮਾਫ਼ੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਉਹ ਹਿਰਦੇ 'ਚੋਂ, ਦਿਲ 'ਚੋਂ ਨਿਮਰਤਾ ਨਾਲ ਕੀਤੀ ਹੋਈ ਜਿਹੜੀ ਗੱਲ ਆ, ਜਾਂ ਉਹ ਕੀ ਆ, ਉਹਦੇ ਮਾਇਨੇ ਕੀ ਨੇ? ਦੇਖੋ ਤੁਸੀਂ ਨਾ ਗੱਲ ਮਾੜਾ ਜਿਹਾ ਡੀਪਲੀ ਦੇਖੋਗੇ ਤਾਂ ਪੰਜਾਬ ਦੇ ਇੱਕ ਬੜੀ ਵੱਡੀ ਚੀਜ਼ ਹੋਈ ਹੈ। ਪੰਜਾਬ ਦੇ ਅੰਦਰ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਬੰਦਿਆਂ ਨੇ ਜਦੋਂ ਸਿੱਖਾਂ ਦਾ ਮਜ਼ਾਕ ਉਡਾਇਆ, ਇੱਕ ਕੌਮ ਦੇ ਨਾਲ ਧੋਖਾ ਕੀਤਾ ਹੈ, ਤਾਂ ਇੱਕ ਸਮਾਂ ਐਸਾ ਆਇਆ ਹੈ ਉਹਦਾ ਚਿਹਰਾ ਨੰਗਾ ਹੋਇਆ, ਫਿਰ ਆ ਕੇ ਉਹਨੇ ਸਰੈਂਡਰ ਕੀਤਾ ਪੰਜਾਬ ਦੇ ਅੰਦਰ ਆ ਕੇ ਜੀ। ਉਹ ਰੋਂਦੇ ਨੇ, ਦੁਹਾਈ ਦਿੰਦੇ ਨੇ, ਪਰ ਪੰਜਾਬ ਬਖਸ਼ਦਾ ਨਹੀਂ ਉਹਨਾਂ ਨੂੰ। ਚਾਹੇ ਉਹ ਸਰਦਾਰ ਸਰਜੀਤ ਸਿੰਘ ਬਰਨਾਲਾ ਸੀ, ਚਾਹੇ ਉਹ ਬੇਅੰਤ ਸਿੰਘ ਸੀ, ਤੁਸੀਂ ਨੋਟ ਕਰੋ ਨਾ ਜੀ, ਚਾਹੇ ਉਹ ਅਮਰਿੰਦਰ ਸਿੰਘ ਸੀ, ਉਹ ਵੀ ਉਸ ਤਰ੍ਹਾਂ ਨਿਕਲ ਜਾਂਦਾ ਹੈ ਜੀ। ਉਹਦੇ ਪਿੱਛੇ ਬਾਦਲ ਕੀ ਆਉਂਦੇ ਨੇ, ਆਖਰ ਗੋਡੇ ਪਰ ਨੇ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣਾ ਪੈਂਦਾ। ਦੇਖੋ ਨਾ, ਤੁਸੀਂ ਨੋਟ ਕਰੋ, ਜਿੰਨੇ ਜਿੰਨੇ ਵੀ ਇਸ ਕੌਮ ਦੇ ਨਾਲ, ਇਸ ਪੰਜਾਬ ਦੇ ਨਾਲ ਧੋਖਾ ਕੀਤਾ, ਯਾਦ ਰੱਖਿਆ ਜੀ, ਉਹਨਾਂ ਸਾਰਿਆਂ ਦਾ ਇਹੀ ਹਸ਼ਰ ਹੋਣਾ। ਗੁਰਦਾਸ ਮਾਨ 'ਤੇ ਪਰਦਾ ਪਿਆ ਹੋਇਆ ਸੀ ਜੀ, ਜਿਹੜੀ ਮਾਫ਼ੀ ਮੰਗ ਕੇ ਅਗਲੇ ਦਿਨ ਕਹਿੰਦਾ ਸਿੱਖਾਂ ਨੂੰ ਝਲੂਣੇ ਲੜਦੇ ਨੇ, ਮੈਂ ਬੱਤੀ ਤਾਂ ਦਿੰਦਾ ਸੀ, ਤਰੀਕੇ ਨਾਲ ਉਹਨੇ ਇਹੀ ਕਿਹਾ ਹੈ ਕਿ ਚਲੂਣੇ ਲੜਦੇ ਸੀ ਨਾ, ਤੇ ਮਾਂ ਬੱਤੀ ਦਿੰਦੀ ਸੀ, ਉਹਦਾ ਮਤਲਬ ਸੀ ਕਿ ਉਹ ਸਿੱਖ ਨੂੰ ਚਲੂਣੇ ਲੜਦੇ ਸੀ। ਅਸੀਂ ਅੱਜ ਤੀਕਰ ਉਹਨਾਂ ਲਫ਼ਜ਼ਾਂ ਨੂੰ ਨਹੀਂ ਸਮਝ ਰਹੇ। ਸੋ ਇਹ ਬਦਕਿਸਮਤੀ ਲਾ ਲਓ ਸਾਡੀ, ਅਸੀਂ ਇਹਨਾਂ ਨੂੰ ਸਿਰ ਚੜਾਇਆ। ਪਰ ਇੱਕ ਗੱਲ ਇਹ ਹੈ ਕਿ ਬੰਦੇ ਦੀ ਜਿਹੋ ਜਿਹੀ ਕੁਆਲਿਟੀ ਹੁੰਦੀ ਹੈ ਨਾ, ਜਿਹੜਾ ਉਹਦਾ ਸੋਚ ਹੁੰਦੀ ਹੈ, ਉਹਨੂੰ ਪਰਖ ਲੈਣਾ ਚਾਹੀਦਾ ਕਿ ਇਹ ਕਿਤੇ ਅੱਜ ਤੀਕਰ ਪੰਜਾਬ ਨਾਲ ਖਲੋਤੇ। ਜਿਹੜੀ ਹਿੰਦੀ ਨਾਲ ਨਫ਼ਰਤ, ਪੰਜਾਬੀ ਨਾਲ ਨਫ਼ਰਤ ਹੈ, ਤੁਸੀਂ ਨੋਟ ਕਰੋ, 1947 ਤੋਂ ਲੈ ਕੇ 67-68 ਤੀਕਰ ਦੇ 82-84 ਤੀਕਰ ਜਨ ਸੰਘ ਨੂੰ ਪੰਜਾਬੀ ਦੇ ਨਾਲ ਵਿਰੋਧਤਾ ਸੀ, ਉਹ ਨਫ਼ਰਤ ਕਰਦੇ ਸੀ ਪੰਜਾਬੀ ਦੇ ਨਾਲ, ਤੇ ਇਹ ਆਦਮੀ ਵੀ ਪੰਜਾਬੀ ਨਾਲ ਨਫ਼ਰਤ ਕਰਦਾ। ਇਹ ਇਸੇ ਗੱਲ 'ਚ ਨਾ ਇੱਕ ਮੇਰਾ ਸਵਾਲ ਹੈ ਮੇਰੇ ਮਨ 'ਚ ਆਇਆ, ਮਤਲਬ ਦੇਖੋ ਗੁਰਦਾਸ ਮਾਨ ਜੰਮਦੇ ਪੰਜਾਬੀਆਂ ਘਰ, ਗਾਉਂਦੇ ਪੰਜਾਬੀਆਂ ਲਈ, ਗਾਉਂਦੇ ਪੰਜਾਬੀ ਵਿੱਚ, ਹਿੰਦੀ 'ਤੇ ਕਿਤੇ ਫਿਲਮਾਂ 'ਚ ਇੱਕ ਦੋ ਕਿਤੇ ਡਾਇਲੋਗ ਜਾਂ ਗਾਣਾ ਸ਼ਾਇਦ ਕਿਤੇ ਆ ਗਿਆ ਹੋਵੇ, ਬਹੁਤਾ ਚੇਤੇ ਨਹੀਂ ਗਾ, ਮਤਲਬ ਹਿੰਦੀ ਦੀ ਜਿਹੜੀ ਹੈ ਮੋਹ, ਹਿੰਦੀ ਦਾ ਪ੍ਰੇਮ ਕਿਵੇਂ ਜਾਗ ਪੈਂਦਾ? 2019 ਦੀ ਗੱਲ ਹੈ, ਜਦੋਂ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਆਪਾਂ ਮਨਾ ਰਹੇ ਸੀ, ਉਦੋਂ ਜਿਹੜਾ ਇਹਦਾ ਬਿਆਨ ਆਇਆ ਸੀਗਾ, ਔਰ ਇਹਦੀ ਜਿਹੜੀ ਹੈ ਵਿਰੋਧਤਾ ਜਿਹੜੀ ਹੈਗੀ ਮੇਰੇ ਧਿਆਨ 'ਚੋਂ ਨਿਕਲ ਗਈ, ਬਜ਼ੁਰਗ ਇੱਕ ਲੇਖਕ ਨੇ ਹੁਣ ਵੀ ਹੈਗੇ ਨੇ, ਉਹ ਬਹੁਤ ਘੱਟ ਸਟੇਜ 'ਤੇ, ਉਹਨਾਂ ਨੇ ਬੜੀ ਕਮਾਲ ਦੀ ਵਿਰੋਧਤਾ ਕੀਤੀ, ਮਤਲਬ ਹਿੰਦੀ ਦਾ ਪ੍ਰੇਮ ਪੰਜਾਬ ਦੇ ਜੰਮੇ, ਪੰਜਾਬ ਦੇ ਘਰਾਂ 'ਚ ਜਿਹੜਾ ਹੈਗਾ ਪੈਦਾ ਹੋਏ, ਔਰ ਜਿਹਨੂੰ ਲੋਕ ਪੰਜਾਬੀਆਂ ਦਾ ਮਾਣ ਕਹਿ ਕੇ ਸਤਿਕਾਰ ਦੇ ਰਹੇ, ਇੰਨਾ ਮੋਹ ਹਿੰਦੀ ਦਾ ਕਿਹੜੀ ਭਾਵਨਾ 'ਚੋਂ ਜਾਗਦਾ? ਕੁਦਰਤੀ ਹੈ ਨਾ ਕੁਛ ਖਾਸ ਵਜ੍ਹਾ? ਦੇਖੋ ਤੁਸੀਂ, ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ ਕਿ ਪਿੱਛੇ ਜੇ ਲਫ਼ਜ਼ ਆਏ ਸੀ
ਤੇਰੋ ਦੂਣਾ 26 ਸਾਡਾ 26 ਰਹਿਣ ਦਿਓ। ਉਹ ਹੁਣ 13 ਦੀ ਡੈਫੀਨੇਸ਼ਨ ਤੇ ਕਿਉਂ ਬੋਲ ਰਿਹਾ ਹੈ? ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ 13-13 ਕੀਤਾ ਸੀ, ਉਸ ਦਾ ਵਿਰੋਧ ਕਰ ਰਿਹਾ। ਗੁਰੂ ਅਮਰਦਾਸ ਦੇ ਨਾਲ ਮਹਾਰਾਜ ਦੇ ਨਾਲ ਇੱਕੋ ਆਪਦੇ ਸਾਧ ਨੂੰ ਜਿਹਨੂੰ ਉਹ ਮੰਨਦਾ ਮਕਬਰੇ ਤੇ ਜਾਂਦਾ ਹੈ ਉਹਨੂੰ ਕੰਪੇਅਰ ਕਰ ਰਿਹਾ। ਤਾਂ ਕਾਰਨ ਕੀ ਹੈ? ਜਦੋਂ ਇਹ ਫੇਮਸ ਹੁੰਦੇ ਨੇ ਤਾਂ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੇ ਐਂਟੀ ਸਿੱਖ ਨੇ ਉਹ ਇਹਨਾਂ ਨੇ ਚੁੱਕ ਲੈਂਦੀਆਂ ਨੇ, ਉਹ ਕਹਿੰਦੀਆਂ ਨੇ ਇਹਦੇ ਤੋਂ ਅਟੈਕ ਕਰਾਓ। ਕਿਉਂਕਿ ਤੁਸੀਂ ਦੇਖੋ ਨਾ ਜਿੰਨੇ ਪੰਜਾਬ ਦੇ ਅੰਦਰ ਸਾਧ ਨੇ ਜਾਂ ਇਹ ਬੰਦੇ ਪ੍ਰਮੋਟ ਹੁੰਦੇ ਨੇ ਸਿੰਗਰ, ਤਾਂ ਇਹ ਜ਼ਿਆਦਾਤਰ ਮੋਰਚਿਆਂ 'ਚੋਂ ਗੁਰਦੁਆਰਿਆਂ 'ਚੋਂ ਜੀ ਉੱਥੋਂ ਇਹ ਪ੍ਰਮੋਟ ਹੋ ਜਾਂਦੇ ਨੇ ਜੀ। ਤਾਂ ਇਹਨਾਂ ਦੀ ਜਿਹੜੀ ਉਦੋਂ ਸੋਚ ਹੈ ਉਹ ਪੰਜਾਬ ਪ੍ਰਤੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੀ ਹੁੰਦੀ ਹੈ। ਇਹ ਕਰਤਾਰ ਸਿੰਘ ਸਰਾਭੇ ਬਾਰੇ ਬੜਾ ਵਧੀਆ ਬੋਲਦੇ ਨੇ, ਪਰ ਜਦੋਂ ਇਹ ਉੱਪਰ ਚਲੇ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜੇ ਵਿਰੋਧ ਕਰਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਫਿਰ ਪੰਜਾਬੀ ਦਾ ਅਤੇ ਪੰਜਾਬ ਦਾ ਵਿਰੋਧ ਹੋ ਜਾਂਦਾ ਹੈ, ਅਤੇ ਤੀਜੇ ਜਿਹੜੇ ਇਹਨਾਂ ਦੇ ਸ਼ਹੀਦ ਨੇ ਉਹ ਵੀ ਚੇਂਜ ਹੋ ਜਾਂਦੇ ਨੇ। ਸੋ ਇਹਨਾਂ ਦੀ ਜਿਹੜੀ ਸੋਚ ਹੈ ਇਹ ਸਾਡੇ ਸਿੱਖਾਂ ਨੂੰ ਵੀ ਸੋਚ ਕੇ ਰੱਖਣਾ ਚਾਹੀਦਾ ਹੈ ਕਿ ਇੱਕ ਨੱਚਣ ਗਾਉਣ ਵਾਲੇ ਦੀ ਜਿਹੜੀ ਔਕਾਤ ਹੈ ਉਹ ਉੱਥੇ ਹੀ ਰਹਿੰਦੀ ਹੁੰਦੀ ਹੈ। ਰਾਜੇ ਮਹਾਰਾਜੇ ਨੇ ਦਰਬਾਰ ਦੇ ਅੰਦਰ ਨੱਚਣ ਵਾਲਿਆਂ ਨੂੰ ਕਿਤੇ ਰਾਜ 'ਤੇ ਨਹੀਂ ਬਾਈਦਾ ਸੀ। ਜੇ ਕਿਸੇ ਰਾਜੇ ਦੀ ਕਿਤੇ ਕੋਈ ਇਹੋ ਜਿਹੀ ਗਲਤੀ ਨਾਲ ਰਾਣੀ ਵੀ ਆ ਜਾਂਦੀ ਸੀ ਨਾ, ਇੱਕ ਬੜੀ ਹਿਸਟਰੀ ਹੈ, ਤਾਂ ਰਾਤ ਨੂੰ ਗਾਉਣ ਲੱਗ ਪਤਾ ਬਾਅਦ 'ਚ ਪਤਾ ਲੱਗਿਆ ਸੀ ਬਾਦਸ਼ਾਹ ਨੂੰ ਕਿ ਇਹ ਤਾਂ ਗਲੀਆਂ 'ਚ ਨੱਚਣ ਗਾਉਣ ਵਾਲੀ ਹੈ। ਸੋ ਜਿਹੜੀ ਕਿਸੇ ਦੀ ਥਾਂ ਹੈ ਉਹ ਥਾਂ ਨੂੰ ਉੱਥੇ ਹੀ ਰਹਿਣ ਦੇਣਾ ਚਾਹੀਦਾ। ਜਦੋਂ ਅਸੀਂ ਉਸ ਬੰਦੇ ਦੀ ਥਾਂ ਬਦਲ ਦਿੰਦੇ ਹਾਂ ਉਹਨੂੰ ਸਿਰ 'ਤੇ ਚੁੱਕ ਲੈਂਦੇ ਹਾਂ ਉਦੋਂ ਪੱਠਾ ਬਹਿੰਦਾ ਸਾਡਾ ਆਪਦਾ, ਫਿਰ ਅਸੀਂ ਫਾਲਤੂ ਉਹਦੇ ਨਾਲ ਲੜਦੇ ਹਾਂ ਅਤੇ ਆਪਦਾ ਜਿਹੜਾ ਪੰਜਾਬ ਦਾ ਅਸੀਂ ਬੇੜਾ ਗਰਕ ਆਪ ਹੀ ਕਰਦੇ ਨੇ। ਜਦੋਂ 88-90 ਦੇ ਲਾਗੇ ਤਾਗੇ ਫਿਲਮ ਆਈ ਉੱਚਾ ਦਰ ਬਾਬੇ ਨਾਨਕ ਦਾ, ਉਦੋਂ ਪੰਜਾਬ ਦੇ ਕਿਉਂਕਿ ਵਿੱਚ ਜਿਹੜਾ ਹੈਗਾ ਬਹੁਤ ਜਿਹੜਾ ਕਿਉਂਕਿ ਸਮਾਂ ਬੜਾ ਬਦਲਿਆ ਨਾ, ਉਦੋਂ ਤਾਂ ਤਾਕੀਆਂ ਆਉਂਦੇ ਹੁੰਦੇ ਸਿਨੇਮੇ ਨੂੰ, ਸਾਡੇ ਬਜ਼ੁਰਗ ਵੀ ਦੱਸਦੇ ਲੋਕਾਂ ਨੇ ਬੜੇ ਸ਼ੌਂਕ ਨਾਲ, ਕਿਉਂਕਿ ਵੱਡੀ ਗੱਲ ਤਾਂ ਲੋਕਾਂ ਨੂੰ ਸਿਨੇਮਾ ਹੀ ਦੇ ਚਾਅ ਸੀ, ਥੀਏਟਰ ਬਹੁਤ ਵੱਡੀ ਚੀਜ਼ ਸੀ ਹੈ ਨਾ, ਥੀਏਟਰ ਦਾ ਹੀ ਬੜਾ ਚਾਅ ਸੀਗਾ ਲੋਕਾਂ ਨੇ ਲੜ ਲੜ ਗਏ ਵੀ ਵੇਖੇ, ਫਿਰ ਪਤਾ ਲੱਗਾ ਵਿੱਚ ਇਹਨੇ ਬਾਬੇ ਨਾਨਕ ਦੀ ਫਿਲਮ ਬਣਾਈ, ਗੁਰੂ ਮਹਾਰਾਜ ਦੀ ਫਿਲਮ ਬਣਾਈ ਆ। ਫਿਰ ਉਦੋਂ ਬਾਅਦ ਮਤਲਬ ਜਿਹੜਾ ਪੰਜਾਬ ਦੇ ਵਿੱਚ ਉਸ ਵਕਤ ਦੌਰ ਚੱਲ ਰਿਹਾ ਸੀ, ਪੰਜਾਬ ਦੇ ਹੱਕਾਂ ਦੀ ਲੜਾਈ ਸੀ, ਪੰਜਾਬ ਦੇ ਵਿੱਚ ਅਜਿਹਾ ਦੌਰ ਸੀ ਵੀ ਘਰ ਘਰ ਜਿਹੜੇ ਗੱਭਰੂ ਨੇ ਮਾਵਾਂ ਲਕੋ ਰਹੀਆਂ ਸੀ, ਉਹਨਾਂ ਨੂੰ ਉਹ ਮਤ ਦੇ ਰਹੀਆਂ ਸੀ ਵੀ ਪੁੱਤ ਤੁਸੀਂ ਪੰਜਾਬ ਦੇ ਹੋ ਕੇ ਜਿਉਣਾ ਅਤੇ ਪੰਜਾਬ ਦੇ ਹੋ ਕੇ ਮਰਨਾ। ਉਦੋਂ ਸਰਕਾਰ ਦਾ ਜਿਹੜਾ ਵੱਡਾ ਜਿਹੜਾ ਉਹ ਜਿਹੜਾ ਸੀਗਾ ਹਲਕਿਆ ਹੋਇਆ, ਉਹ ਮੁੱਛ ਫੁੱਟ ਦੀ ਜਿਹੜੀ ਨੌਜਵਾਨੀ ਹੈ, ਦਾੜੀ ਫੁੱਟ ਦੀ ਨੌਜਵਾਨੀ ਹੈ, ਉਹਨਾਂ ਦੇ ਕਤਲੇਆਮ ਕਰ ਰਿਹਾ ਸੀਗਾ ਭਾਈ ਜਸਵੰਤ ਸਿੰਘ ਖਾਲੜਾ ਨੇ, 25,000 ਮੁੰਡੇ ਦਾ ਹਿਸਾਬ ਕਿਤਾਬ ਕੱਢ ਲਿਆਂਦਾ। ਤਾਂ ਜਿਹੜੇ ਉੱਧਰੋਂ ਬਚ ਜਾਂਦੇ ਸੀ, ਮੰਨ ਲਓ ਜਿਹੜੇ ਸਿੱਖ ਮਤ ਨਹੀਂ ਸੀਗੇ, ਮੰਨ ਲਓ ਜਾਂ ਜਿਹੜੇ ਉਸ ਲਹਿਰ 'ਚ ਨਹੀਂ ਸ਼ਾਮਿਲ, ਉਹਨਾਂ ਨੂੰ ਇਹਨੇ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਜਿਹੜੀ ਮਾਨਸਿਕ ਭਾਵਨਾ ਉਹਨੂੰ ਇਹ ਤਿਆਰ ਕੀਤਾ ਵੀ ਜਦੋਂ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਉਹ ਤਾਂ ਕਹਿ ਰਹੇ ਸੀ ਆਪਣਾ ਪੰਜਾਬ ਹੋਵੇ, ਪੰਜ ਦਰਿਆਵਾਂ ਦੀ ਧਰਤੀ ਹੋਵੇ, ਅਨੰਦਪੁਰ ਦਾ ਮਤੇ ਦੀ ਗੱਲ ਹੋਵੇ, ਆਪਣੇ ਹੱਕਾਂ ਦੀ ਗੱਲ ਹੋਵੇ। ਤਾਂ ਉਦੋਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਾੜਨੀ ਵੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਬਸ ਮੰਜਾ ਹੋਵੇ ਅਤੇ ਗੰਢਾ ਹੋਵੇ ਅਤੇ ਜਨਾਨੀ ਹੋਵੇ ਅਤੇ ਕਬਾਬ ਹੋਵੇ। ਮਤਲਬ ਇਹ ਕਿੱਡਾ ਵੱਡਾ ਹਮਲਾ ਸੀ ਜਿਹੜਾ ਹੁਣ ਤੱਕ ਅਸੀਂ ਭੁਗਤ ਰਹੇ ਹਾਂ, ਹੁਣ ਅਸੀਂ ਕਹਿੰਦੇ ਜੀ ਘਰ ਘਰ ਨਸ਼ਾ। ਤਾਂ ਮਤਲਬ ਅਸਲ 'ਚ ਜਿਹੜੇ 90-91 'ਚ ਸਾਡੇ ਵਰਗੇ ਜੰਮੇ ਉਹ ਇਸ ਤਰ੍ਹਾਂ ਦੇ ਗੀਤ ਸੁਣ ਕੇ ਮੁੰਡੇ ਜਿਹੜੇ ਉਦੋਂ ਜਵਾਨ ਹੋਏ ਵੱਡੇ ਹੋਏ, ਤਾਂ ਉਹਨਾਂ 'ਚ ਇਹ ਜਿਹੜੀ ਮਤਲਬ ਸਰਕਾਰ ਦੀ ਅਤੇ ਪੋਲਿਸੀ ਸੀ ਵੀ ਪੰਜਾਬ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਮਨ ਦੇ ਵਿੱਚ ਸ਼ਰਾਬ ਨੂੰ ਇੱਕ ਜਿਹੜਾ ਹੈਗਾ ਬੜਾ ਨਾਇਕ ਵਜੋਂ ਪੇਸ਼ ਕਰਨਾ ਸ਼ਰਾਬੀ ਨੂੰ ਅਤੇ ਨੱਚਣ ਵਾਲੇ ਨੂੰ। ਮੈਂ ਤੁਹਾਨੂੰ ਨਾ ਮੈਨੂੰ ਦੁਬਾਰਾ ਇਸ ਗੱਲ 'ਤੇ ਤੁਸੀਂ ਲੈ ਆਇਆ ਜੇ, ਮੈਂ ਤੁਹਾਨੂੰ ਇੱਕ ਪਿੱਛੇ ਸਟੋਰੀ ਸੁਣਾਉਣ ਲੱਗਾ। ਸਾਨੂੰ ਸਿੱਖਾਂ ਨੂੰ ਅਤੇ ਪੰਜਾਬ ਦੀ ਡੈਫੀਨੇਸ਼ਨ ਕੀ ਸੀ? ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੀ, ਇੱਕ ਅਹਿਮ ਦਿਸ਼ਾ, ਇੱਕ ਤਾਂ ਬਦਾਲੀ ਹੋਈ, ਇੱਕ ਅਹਿਮ ਦਿਸ਼ਾ ਹੋਇਆ ਉਹ ਹੋਇਆ ਇੱਧਰ ਦਾ ਯੂਪੀ ਦਾ ਜੀ। ਤਾਂ ਉਹਨੇ 1825-26 ਦੇ ਵਿੱਚ ਆ ਕੇ ਉਹ ਇਸਲਾਮ ਦੇ ਨਾਂ 'ਤੇ
ਇੱਕ ਨਾਰਾ ਮਾਰਦਾ ਹੈ ਜੀ, ਉਹ ਕਹਿੰਦਾ ਪੰਜਾਬ ਦੇ ਅੰਦਰ ਉਹਨਾਂ ਕਾਫਰਾਂ ਨੂੰ ਖਤਮ ਕਰਨਾ ਹੈ ਤਾਂ ਉਹ ਪਠਾਨ ਇਕੱਠੇ ਕਰਦਾ ਹੈ। ਜਦੋਂ ਪਠਾਨ ਇਕੱਠੇ ਹੋ ਜਾਂਦੇ ਨੇ ਤਾਂ ਉਹ ਪਠਾਨਾਂ 'ਤੇ ਇੱਕ ਕੰਡੀਸ਼ਨ ਲਾਉਂਦਾ ਹੈ ਕਿ ਪਠਾਨਾਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਜਿੰਨੇ ਮੇਰੇ ਫੌਜ ਦੇ ਬੰਦੇ ਨੇ ਉਹਨਾਂ ਨੇ ਇੱਕ ਇੱਕ ਕਰਕੇ ਵਿਆਹੀ ਜਾਵੇ। ਅੱਛਾ, ਅਤੇ ਇੰਨੇ ਜਿਹੜੇ ਟਕੇ ਨੇ ਉਹ ਸਾਡਾ ਹਰਜ਼ਾਨਾ ਸਾਨੂੰ ਦਿੱਤਾ ਜਾਵੇ। ਤਾਂ ਪਠਾਨ ਜਦੋਂ ਇਕੱਠੇ ਹੁੰਦੇ ਨੇ ਤਾਂ ਪਠਾਨਾਂ ਦੇ ਲਫ਼ਜ਼ ਕੀ ਸੀ? ਅਹਿਮਦ ਸ਼ਾਹ ਕਹਿੰਦਾ ਕਾਫਰਾਂ ਨੂੰ ਖਤਮ ਕਰਨਾ ਪੰਜਾਬ ਦੇ ਅੰਦਰੋਂ, ਤਾਂ ਪਠਾਨ ਘਰ ਜਾ ਕੇ ਸੋਚਦੇ ਨੇ ਕਿ ਯਾਰ ਤੁਹਾਡੇ ਨਾਲੋਂ ਤਾਂ ਪੰਜਾਬ ਦੇ ਕਾਫਰ ਹੀ ਚੰਗੇ ਨੇ ਯਾਰ। ਕਾਫਰਾਂ ਦੀ ਡੈਫੀਨੇਸ਼ਨ ਕੀ ਹੈ? ਪਠਾਨ ਕਹਿੰਦੇ ਕਹਿੰਦੇ ਉਹ ਆਪਦੀ ਨੀਤ ਦੇ ਅਤੇ ਆਪਦੇ ਕਰੈਕਟਰ ਦੇ ਬੜੇ ਉੱਚੇ ਨੇ। ਅੱਜ ਤੀਕਰ ਉਹਨਾਂ ਨੇ ਸਾਨੂੰ ਸਾਡੀਆਂ ਧੀਆਂ ਦੇ ਪ੍ਰਤੀ ਵੇਖਿਆ ਨਹੀਂ ਅਤੇ ਸਾਡੇ ਤੋਂ ਅੱਜ ਤੀਕਰ ਉਹਨਾਂ ਨੇ ਲੁੱਟ ਮਾਰ ਨਹੀਂ ਕੀਤੀ ਸਾਡੀ। ਉਹਨਾਂ ਦੀ ਫਿਤਰਤ, ਪੰਜਾਬ ਦੇ ਕਾਫਰਾਂ ਦੀ ਫਿਤਰਤ ਹੈ ਜਿਹੜੀ ਅਹਿਮਦ ਸ਼ਾਹ ਤੇਰੇ ਨਾਲੋਂ ਬਹੁਤ ਵੱਡੀ ਹੈ। ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਖਲੋ ਗਏ ਆ ਕੇ ਕਿ ਬਾਦਸ਼ਾਹ ਅਸੀਂ ਤੇਰੇ ਨਾਲ ਹਾਂ, ਅਤੇ ਅਹਿਮਦ ਸ਼ਾਹ ਨੂੰ ਕੁੱਟ ਕੇ ਭਜਾ ਤਾ ਅਤੇ ਸਿੱਖਾਂ ਨੇ ਰਾਹ 'ਚ ਅਹਿਮਦ ਸ਼ਾਹ ਨੂੰ ਮਾਰਤਾ ਸੀ। ਦੇਖੋ ਸਾਡੀ ਨੀਤ ਪ੍ਰਤੀ ਸਾਨੂੰ ਕਾਫਰ ਕਹਿ ਕੇ ਬੁਲਾਉਂਦੇ ਨੇ ਉਹ, ਪਰ ਕਹਿੰਦੇ ਕਾਫਰਾਂ ਦੀ ਸੋਚ ਅਤੇ ਕਾਫਰਾਂ ਦੇ ਆਪਦੇ ਰੱਬ ਪ੍ਰਤੀ ਮੋਹ ਅਸੀਂ ਇਹਦਾ ਮਾੜਾ ਨਹੀਂ ਤੱਕ ਸਕਦੇ। ਕਾਫਰ ਹਜ਼ਾਰ ਗੁਣਾ ਚੰਗੇ ਨੇ ਤੇਰੇ ਨਾਲੋਂ ਅਹਿਮਦ ਸ਼ਾਹ, ਅਤੇ ਹੁਣ ਸਾਡਾ ਪੱਠਾ ਕਿੱਥੇ ਬੈਠਾ ਆ ਕੇ? ਅਸੀਂ ਜਿਹੜੀ ਉਹ ਕੌਮ ਜਿਹੜੀ ਕਿਸੇ ਵਕਤ ਪਠਾਨ ਜਿਹੜਾ ਅੱਜ ਮੰਨਿਆ ਪਰਮੰਨਿਆ ਜਿਹਨੂੰ ਅਮੈਰੀਕਾ ਨਹੀਂ ਹਰਾ ਸਕਿਆ, ਅਤੇ ਉਹ ਆਪਦੇ ਮੂੰਹੋਂ ਕਹਿੰਦੇ ਨੇ ਕਿ ਇਹ ਕਾਫਰਾਂ ਵਰਗੇ ਬੰਦੇ ਹੀ ਹੈਣੀ, ਨੀਤ ਦੇ ਬੜੇ ਪੱਕੇ ਨੇ, ਅਤੇ ਇਹ ਸਾਡੇ 'ਚ ਪੈਦਾ ਹੋ ਕੇ ਸਾਡਾ ਹੀ ਇਹਨਾਂ ਨੇ ਬੇੜਾ ਗਰਕ ਕੀਤਾ। ਇਹਨਾਂ ਨੇ ਪੜ੍ਹ ਕੇ ਅਸੀਂ ਇੱਕ ਨੱਚਣ ਵਾਲੇ ਬੰਦਿਆਂ ਨੂੰ ਸਿਰ 'ਤੇ ਬਾਲਿਆ, ਅਸੀਂ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਹੀਰੋ ਮੰਨਣਾ ਸੀ ਉਸ ਵਕਤ। ਉਸ ਵਕਤ ਹੋਏ ਅਸੀਂ ਖਾਲੜਾ ਲਾਸ਼ਾਂ ਦਾ ਹਿਸਾਬ ਗਿਣ ਰਿਹਾ ਸੀ, ਉਹ ਲਾਸ਼ਾਂ ਦਾ ਹਿਸਾਬ ਪੁੱਛ ਰਿਹਾ, ਉਹ ਲਾਸ਼ਾਂ 'ਤੇ ਨੱਚ ਰਿਹਾ। ਫਰਕ ਬੜਾ ਹੈ ਨਾ ਜੀ, ਉਹ ਪੈਰਾਂ 'ਚ ਘੁੰਗਰੂ ਬੰਨਦਾ ਹੈ, ਉਹ ਪਿੰਡ ਪਿੰਡ ਜਾ ਕੇ ਖਲੋ ਕੇ ਅਤੇ ਲਿਸਟਾਂ ਤਿਆਰ ਕਰ ਰਿਹਾ, ਉਹ ਸ਼ਮਸ਼ਾਨ ਘਾਟਾਂ 'ਚ ਜਾ ਰਿਹਾ, ਉਹ ਕਹਿੰਦਾ ਕਿੱਥੇ ਪੰਜਾਬ ਦਾ ਪੁੱਤਰ ਮਰਿਆ, ਕਿੱਥੇ ਬੀਬੀ ਮਰੀ, ਕਿੱਥੇ ਬਜ਼ੁਰਗ ਮਰਿਆ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਬੁੱਢੇ ਵੀ ਨੱਚਣ ਗਏ ਨੇ, ਬੁੱਢੇ ਵੀ ਨੱਚਾਏ ਨੇ, ਉਹਨਾਂ ਦਿਲ ਜਵਾਨ ਹੋਣਾ ਚਾਹੀਦਾ। ਉਹ ਕਹਿੰਦਾ ਨਹੀਂ, ਜਿੱਥੇ ਜਵਾਨ ਮਾਰਿਆ ਉੱਥੇ ਬਾਪੂ ਮਰਿਆ, ਨਾਲ ਧੀ ਮਰੀ ਹੈ। ਉਹ ਕਹਿੰਦਾ ਨਹੀਂ, ਕੁੜੀ ਨਚਾਉਣੀ ਹੈ। ਉਹ ਕਹਿੰਦਾ ਕੁੜੀ ਦੀ ਲਾਸ਼ ਲੱਭਣੀ ਹੈ। ਫਰਕ ਕਿੰਨਾ ਹੋ ਗਿਆ? ਸਹੀ, ਸਾਡਾ ਹੀਰੋ ਕੌਣ ਸੀ? ਸਰਦਾਰ ਜਸਵੰਤ ਸਿੰਘ ਖਾਲੜਾ ਖਾਪੂ, ਸਹੀ, ਉਦੋਂ ਪਹਿਲਾਂ ਸਰਦਾਰ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ। ਪਰ ਸਾਡੇ ਲੀਡਰਾਂ ਨੇ ਕਿੱਡੀ ਬੇਵਕੂਫੀ ਕੀਤੀ ਹੈ, ਜਦੋਂ ਕੋਈ ਫੰਕਸ਼ਨ ਹੋਣਾ ਹੈ ਉਦੋਂ ਨਚਾਰ ਨੂੰ ਲੈ ਕੇ ਆ ਜਾਣਾ ਕਿ ਪਹਿਲਾਂ ਨਚਾਰ ਨੱਚੇਗਾ, ਬਾਅਦ 'ਚ ਅਸੀਂ ਪੰਜਾਬ ਦੀ ਗੱਲ ਕਰਾਂਗੇ। ਉਹ ਬੇਵਕੂਫ ਬੰਦੇ ਹੋ, ਉਹ ਤਾਂ ਪੰਜਾਬ ਦਾ ਭੱਠਾ ਬਹਾਉਣ ਆਇਆ ਹੈ ਜੀ। ਹੁਣ ਇੱਦੋਂ ਥੋੜ੍ਹੇ ਦਿਨ ਹੋ ਗਏ, ਉਹ ਹਨੀ ਕਿਹੜਾ ਹੈ? ਉਹਨੇ ਕਿਹਾ ਕਿ ਮੈਂ ਸ਼ਰਾਬ ਦੇ ਨਾਲ ਹੀ ਕੌਮ ਨੂੰ ਖਤਮ ਕਰ ਦੂੰਗਾ, ਇਹਨਾਂ ਨੂੰ ਚੜਾਓ ਸਿਰ 'ਤੇ। ਉਹਨੇ ਕਿਹਾ ਵੀ ਇਹਨਾਂ ਦੀ ਰਗਾ 'ਚ ਵਾੜੂ, ਮਤਲਬ ਉਹ ਮੰਨ ਗਿਆ। ਹਾਂ, ਮੈਂ ਜੋ ਮੰਨ ਗਿਆ, ਇਹ ਬੰਦੇ ਮੰਨ ਨਹੀਂ ਰਹੇ, ਪਰ ਕੰਮ ਇਹਨਾਂ ਦਾ ਵੀ ਉਹੀ ਸੀ। ਤੁਸੀਂ ਫਿਤਰਤ ਦੇਖੋ ਨਾ ਜੀ, ਕਹਿੰਦੇ ਜਿਹੜੇ ਬੰਦੇ ਦੀ ਜਿਹੜੀ ਔਕਾਤ ਹੋਵੇ ਨਾ ਉਹਨੂੰ ਉੱਥੇ ਹੀ ਰੱਖਣਾ ਚਾਹੀਦਾ। ਮੈਂ ਉਹਦੀ ਇੰਟਰਵਿਊ ਦੇਖ ਰਿਹਾ ਸੀ, ਕਈ ਆਦਮੀ ਅੱਗੋਂ ਤਾੜੀਆਂ ਮਾਰੀ ਜਾਂਦੇ ਨੇ, ਉਹਦੀ ਮਾਣ ਉਹ ਬੱਤੀ ਦੀ ਗੱਲ ਕਰਦਾ ਹੈ, ਤੇ ਸਾਡੇ ਵਰਗੇ ਬਿਨਾਂ, ਵਾਹ ਵਾਹ ਵਾਹ, ਸਾਡੇ ਵਰਗੇ ਬਿਨਾਂ ਦਿਮਾਗ ਦੇ ਆਦਮੀ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਫਿਤਰਤ ਦਾ ਹੀ ਨਹੀਂ ਪਤਾ। ਜੇ ਪੰਜਾਬ ਸਮਝਣਾ ਨਾ ਤੇ ਲਾਹੌਰ ਤੋਂ ਲੈ ਕੇ ਜਮਰਾਓ ਤੀਕਰ ਜਾਣਾ ਹੀ ਪੈਣਾ ਹੈ। ਜਿਹਨੇ ਪੰਜਾਬ ਪੜ੍ਹਨਾ ਹੈ ਨਾ, ਜਿਹਨੂੰ ਪਤਾ ਕਿ ਅਸੀਂ ਕੌਣ ਆ, ਸਾਨੂੰ ਕਾਫਰ ਕਹਿ ਕੇ ਵੀ ਸਾਡੀ ਇੱਜ਼ਤ ਕਰਦੇ ਸੀ, ਕਾਫਰ ਕਹਿ ਕੇ ਵੀ ਸਾਡੇ ਅੱਗੇ ਸਿਰ ਨਵਾਉਂਦੇ ਸੀ, ਉਹ ਸਾਡੇ ਦੁਸ਼ਮਣ।
ਪਰ ਅਸੀਂ ਤਾਂ ਆਪ ਹੀ ਆਪਦਿਆਂ ਨੂੰ ਖਤਮ ਕਰਨ ਦੇ ਤੁਲੇ ਹੋਏ ਹਾਂ। ਸੋ ਜਿਹੜੀ ਬੰਦੇ ਦੀ ਔਕਾਤ ਹੈ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ ਹੈ। ਸਾਡੇ ਜਿਹੜੇ ਹੀਰੋ ਨੇ, ਮੇਰੀ ਤਾਂ ਬੇਨਤੀ ਹੈ ਪੰਜਾਬ ਦੇ ਮੁੰਡਿਆਂ ਨੂੰ ਆਪਦੇ ਹੀਰੋ ਪਛਾਣ ਲਓ ਜੀ। ਸਿਆਣੋ ਤੁਹਾਡੇ ਹੀਰੋ ਕਿਹੜੇ ਨੇ ਪੰਜਾਬ ਦੇ? ਇਹ ਤੁਹਾਡੇ ਹੀਰੋ ਨਹੀਂ, ਪੈਰਾਂ 'ਚ ਘੁੰਗਰੂ ਪਾ ਕੇ ਅਤੇ ਗੱਲ 'ਚ ਕੈਂਠੇ ਪਾ ਕੇ ਕਿਤੇ ਤੁਸੀਂ ਮੇਰੀ ਗੱਲ ਸੁਣੋ, ਪਿੱਛੇ ਇੱਕ ਫੋਟੋ ਲਾਈ ਹੁੰਦੀ ਹੈ, ਕੁੜੀਆਂ ਨੱਚੀ ਜਾਂਦੀਆਂ ਨੇ। ਇਹਨਾਂ ਨੂੰ ਪਤਾ ਕਿ 1716 ਤੋਂ ਬਾਅਦ ਅਤੇ 1800 ਤੱਕ ਪੰਜਾਬ 'ਚ ਕਿਹੜੀ ਕੁੜੀ ਨੱਚਦੀ ਸੀ? ਇਸ ਤਰ੍ਹਾਂ ਸਾਡੀਆਂ ਕਿੰਨੀਆਂ ਕੁੜੀਆਂ ਫੁਲਕਾਰੀ ਲੈ ਕੇ ਨੱਚਦੀਆਂ ਸੀ। ਇਹ ਪੱਠਾ ਇਹਨਾਂ ਨੇ ਪਾਇਆ। ਅਸੀਂ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਸਿਰ ਕੱਜਦੇ ਸੀ ਅਤੇ ਸਾਡੇ ਪੰਜਾਬ 'ਚ ਕਿੱਥੇ ਇਹੋ ਜਿਹਾ ਟਾਈਮ ਆਇਆ ਸੀ ਜੀ? ਉਹ ਸਾਨੂੰ ਕਹਿੰਦੇ ਨੇ ਕਾਫਰ, ਜਿਹੜੇ ਇੱਜ਼ਤ ਦੇ ਬੜੇ ਪੱਕੇ ਨੇ। ਇਹ ਪਠਾਨ ਕਹਿ ਰਿਹਾ ਹੈ ਇਹ ਕਾਫਰ ਇੱਜ਼ਤ ਦੇ ਬੜੇ ਪੱਕੇ ਨੇ। ਹੁਣ ਕੀ ਹੈ, ਸਭ ਤੋਂ ਬੇੜਾ ਗਰਕ ਸਾਡਾ ਹੋਇਆ। ਕੁੜੀਆਂ ਨੂੰ ਨਚਾਉਣ 'ਚ ਅਸੀਂ ਆਪਦੀ ਬੜੀ ਵੱਡੀ ਚੀਜ਼ ਸਮਝਦੇ ਹਾਂ ਕਿ ਮੈਂ ਬਹੁਤ ਅੱਗੇ ਲੰਘਿਆ। ਉਹ ਅੱਗੇ ਨਹੀਂ ਲੰਘਿਆ, ਤੂੰ ਤਾਂ ਬੇੜਾ ਗਰਕ ਕੀਤਾ। ਮਤਲਬ ਜਦੋਂ ਕੋਈ ਜਿਹੜਾ ਹਕੂਮਤ ਨੇ ਆਪਦਾ ਸੁਨੇਹਾ ਦੇਣਾ ਹੋਵੇ, ਜੇ ਉਹ ਸਖਤੀ ਨਾਲ ਨਾ ਮੰਨਿਆ ਜਾਵੇ, ਜਿਹੜਾ ਉਸ ਵਕਤ ਦਾ ਮਸ਼ਹੂਰ ਬੰਦਾ ਹੋਵੇ, ਫਿਰ ਉਹਦੇ ਰਾਹੀਂ ਗੱਲ ਲੋਕਾਂ ਦੇ ਮਨ 'ਚ ਗੱਲ ਬਿਠਾਈ ਜਾਂਦੀ ਉਹ ਤਰੀਕੇ ਨਾਲ ਜੀ। ਪਹਿਲਾਂ ਉਹਨੂੰ ਫੇਮਸ ਕਰੋ, ਕਿਉਂਕਿ ਦੇਖੋ ਜੇ ਤੁਸੀਂ ਸੰਤਾਂ ਨੂੰ ਫੇਮਸ ਕਰੋਗੇ ਪਿੰਡਰਾਲਿਆਂ ਨੂੰ ਜੀ, ਤਾਂ ਉਹ ਤਾਂ ਹੱਕ ਮੰਗਣਗੇ, ਉਹ ਪੰਜਾਬ ਦੀ ਗੱਲ ਕਰਨਗੇ ਜੀ। ਅਤੇ ਫੇਮਸ ਕਿਉਂ ਨਾ ਹੈ ਕਿ ਘੁੰਗਰੂ ਪਾ ਕੇ ਇਹਨੂੰ ਨੱਚਣ ਵਾਲੇ ਨੂੰ ਕਰੀਏ ਆਪਾਂ, ਜਿਹਦੀ ਸੋਚ ਹੀ ਨਹੀਂ, ਜਿਹਦੀ ਸੋਚ ਇੱਕ ਕੁੜੀ ਤੋਂ ਸ਼ੁਰੂ ਹੁੰਦੀ ਹੈ ਉੱਥੇ ਹੀ ਖਤਮ ਆ ਕੇ ਹੋ ਜਾਂਦੀ ਹੁੰਦੀ। ਸਹੀ ਹੈ, ਇਹਨਾਂ ਦੀ ਸੋਚ ਕੁੜੀ ਤੋਂ ਸ਼ੁਰੂ ਹੁੰਦੀ ਹੈ ਨਾ, ਨਸ਼ਾ ਅਤੇ ਔਰ ਕੁੜੀ ਅਤੇ ਨਸ਼ੇ ਤੋਂ ਖਤਮ, ਉੱਥੇ ਹੀ ਖਤਮ, ਉੱਥੇ ਹੀ ਸ਼ੁਰੂ ਹੋ ਜਾਣੀ ਹੈ। ਅਤੇ ਕਾਫਰਾਂ ਦੀ ਸੋਚ ਦੂਜਿਆਂ ਦੇ ਧੀਆਂ ਦੇ ਸਿਰ ਕੱਜਣੇ ਅਤੇ ਦੂਜਿਆਂ ਲਈ ਲੜਨਾ ਮਰਨਾ, ਇਹ ਸਾਡੇ ਕਾਫਰਾਂ ਦਾ ਕੰਮ ਸੀ ਜੀ। ਸੋ ਸਾਡਾ ਇਹਨਾਂ ਨੇ ਬੇੜਾ ਗਰਕ ਕੀਤਾ ਹੈ। ਕੌਮ ਦੀ ਡੈਫੀਨੇਸ਼ਨ ਬਹੁਤ ਵੱਡੀ ਹੈ, ਇਹਨਾਂ ਨੂੰ ਡਰ ਨਹੀਂ, ਸਾਡੇ ਲੀਡਰਾਂ ਨੂੰ ਡਰ, ਸਾਡੇ ਲੀਡਰਾਂ ਨੇ ਪੱਠਾ ਪਾਇਆ ਹੈ। ਨਹੀਂ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਵੇ ਤਾਂ ਸਰਦਾਰ ਜੀ ਪੰਜਾਬ 'ਚ ਕੋਈ ਚਿੜੀ ਵੀ ਹਿੱਲ ਜੇ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਉੱਥੇ ਜਾ ਕੇ ਪਤਾ ਲੱਗਦਾ, ਇੱਥੇ ਤਾਂ ਐਵੇਂ ਗੱਲਾਂ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ। ਤਾਂ ਮਹਾਰਾਜਾ ਕਹਿੰਦੇ ਨੇ ਕਿ ਮੈਂ ਅਫਗਾਨ ਨੂੰ ਜਿੱਤ ਲਿਆ, ਮੈਂ ਸ਼੍ਰੀਨਗਰ ਜਿੱਤ ਲਿਆ, ਮੈਂ ਮੁਲਤਾਨ ਜਿੱਤ ਲਿਆ, ਨੌਸ਼ਹਿਰਾ ਜਿੱਤ ਲਿਆ, ਵੱਡੇ ਵੱਡੇ ਇਲਾਕੇ ਜਿੱਤ ਲਏ। ਤਾਂ ਉਹਨਾਂ ਨੂੰ ਇੱਕ ਬੰਦਾ ਪੁੱਛਦਾ, ਫਕੀਰ ਸਾਹਿਬ ਪੁੱਛਦੇ ਨੇ, ਤੁਹਾਨੂੰ ਕਿਸ ਤੋਂ ਡਰ ਲੱਗਦਾ? ਉਹ ਕਹਿੰਦੇ, ਡਰ ਮੈਨੂੰ ਇੱਕ ਚੀਜ਼ ਤੋਂ ਬਹੁਤ ਲੱਗਦਾ, ਮੈਨੂੰ ਡਰ ਲੱਗਦਾ ਮੇਰੀ ਕੌਮ ਨਾ ਰੁੱਸ ਜੇ, ਮੈਨੂੰ ਡਰ ਲੱਗਦਾ ਮੈਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੇਰੀਆਂ ਲੱਤਾਂ ਕੰਬਦੀਆਂ ਨੇ। ਇਹ ਦੋਨੋਂ ਚੀਜ਼ਾਂ ਦਾ ਡਰ ਇਹਨਾਂ ਸਾਡੇ ਬਸ਼ਰਮ ਲੀਡਰਾਂ ਨੇ, ਇਹਨਾਂ ਬਸ਼ਰਮ ਕਲਾਕਾਰਾਂ ਨੇ ਉਹ ਖਤਮ ਕਰਤਾ ਚੁੱਕੇ। ਮਹਾਰਾਜਾ ਕਹਿ ਰਹੇ ਨੇ ਮੈਨੂੰ ਡਰ ਲੱਗਦਾ, ਮੈਨੂੰ ਅਫਗਾਨ ਤੋਂ ਡਰ ਨਹੀਂ ਲੱਗਦਾ। ਪਠਾਨ ਜਿਹਨੂੰ ਅਮੈਰੀਕਾ ਨਹੀਂ ਹਰਾ ਸਕਿਆ, ਉਹ ਕਹਿੰਦੇ ਮੈਨੂੰ ਡਰ ਨਹੀਂ ਲੱਗਦਾ ਇਹਨਾਂ ਤੋਂ, ਡਰ ਲੱਗਦਾ ਮੇਰੀ ਕੌਮ ਨਾ ਰੁੱਝੇ, ਡਰ ਲੱਗਦਾ ਮੈਨੂੰ ਅਕਾਲ ਤਖ਼ਤ ਸਾਹਮਣੇ ਜਾ ਕੇ ਮੇਰੀਆਂ ਲੱਤਾਂ ਕੰਬਦੀਆਂ ਨੇ, ਕਿਤੇ ਮੈਨੂੰ ਉੱਥੋਂ ਨਾ ਝਿੜਕ ਪੈ ਜੇ ਕਿ ਬਾਦਸ਼ਾਹ ਤੇਰੇ ਤੋਂ ਗਲਤੀ ਹੋ ਗਈ ਹੈ। ਪਰ ਅਸੀਂ ਅਕਾਲ ਤਖ਼ਤ ਸਾਹਿਬ ਦਾ ਮਜ਼ਾਕ ਬਣਵਾਇਆ, ਉਹਨਾਂ ਲੀਡਰਾਂ ਨੇ ਬਣਾਇਆ, ਉਦੋਂ ਬਾਅਦ ਇਹੋ ਜਿਹੇ ਨਚਾਰ ਆਏ ਜਿਨ੍ਹਾਂ ਨੇ ਕੌਮ ਨੂੰ ਭੰਡਿਆ ਜੀ। ਮੈਂ ਦੋਨੋਂ ਗੱਲਾਂ ਇਕੱਠੀਆਂ ਕੀਤੀਆਂ ਨੇ ਨਾ ਜੀ, ਲੀਡਰਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜੀ ਪਾਸੇ ਕੀਤਾ ਅਤੇ ਨਚਾਰਾਂ ਨੇ ਕੌਮ ਦੇ ਉਲਟ ਚੱਲੇ, ਪੱਠਾ ਤਾਂ ਬਾਤਾ ਫੜ ਕੇ। ਤਾਂ ਇੱਥੇ ਅਸੀਂ ਜਦੋਂ ਗੁਰਦਾਸ ਮਾਨ ਦੇ ਬਾਰੇ ਅੱਜ ਗੱਲ ਕਰ ਰਹੇ ਹਾਂ, ਕਿਉਂਕਿ ਅੱਜ ਤੋਂ 5-4 ਸਾਲ ਬਾਅਦ ਜਾਂ 2019 ਦੀ ਗੱਲ ਅੱਜ ਜਿਹੜੀ ਹੈਗੀ, ਅਸੀਂ 5 ਸਾਲ ਬਾਅਦ ਕਰ ਰਹੇ ਹਾਂ, ਜਦੋਂ ਗੁਰਦਾਸ ਮਾਨ ਨੇ ਵਿਦੇਸ਼ ਦੀ ਜਿਹੜੀ ਧਰਤੀ ਦੇ ਉੱਤੇ ਇੱਕ ਵੱਡੇ ਸ਼ੋਅ ਦੇ ਵਿੱਚ, ਕਿਉਂਕਿ ਉਸ ਤੋਂ ਪਹਿਲਾਂ ਇਹਨੇ ਉਦੋਂ ਜਿਹੜਾ ਮੋਦੀ ਸਰਕਾਰ ਦਾ ਬਹੁਤ ਜ਼ਿਆਦਾ ਦਬਦਬਾ ਸੀਗਾ, ਇਹ ਬਿਆਨ ਕਿੱਥੋਂ ਨਿਕਲਿਆ ਸੀ? ਮੋਦੀ ਨੇ ਕਿਹਾ ਸੀ ਵਨ ਨੇਸ਼ਨ ਵਨ ਲੈਂਗੁਏਜ, ਉਹਨੇ ਕਿਹਾ ਸੀ ਵੀ ਹਿੰਦੀ ਸਾਰੇ ਕਿਤੇ ਲਾਗੂ ਕਰੋ, ਜਿਹੜੀ
ਗੱਲ ਹੀ ਨਹੀਂ ਜਾਇਜ਼ ਆ, ਜੇਬ 'ਚ ਤੁਹਾਡੇ ਨੋਟ ਹੋਣਾ ਕੱਢ ਲਓ ਉਹਨਾਂ 'ਤੇ ਕਿੰਨੀਆਂ ਭਾਸ਼ਾ ਲਿਖੀਆਂ ਹੋਈਆਂ, ਬਿਲਕੁਲ ਹਰ ਰਾਜ ਦੀ ਵੱਖਰੀ ਅਹਿਮੀਅਤ ਹੈ, ਕੇਰਲਾ ਦਾ ਸੁਹੱਪਣ ਉਹਨਾਂ ਦੀ ਭਾਸ਼ਾ, ਉਹਨਾਂ ਦੀ ਗੱਲ ਛੱਡੋ ਜੀ, ਕੇਰਲਾ ਅਤੇ ਕਰਨਾਟਕਾ ਦਾ ਕਿਆ ਕਹਿਣਾ ਉਹਨਾਂ ਲੋਕਾਂ ਦਾ, ਹਰਿਆਣੇ ਦਾ ਵੱਖਰਾ, ਪੰਜਾਬ ਦਾ ਵੱਖਰਾ, ਹਿਮਾਚਲ ਦਾ ਵੱਖਰਾ, ਮਤਲਬ ਆਸਾਮ ਦਾ ਵੱਖਰਾ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੀ ਬੋਲੀ, ਉਹਨਾਂ ਦਾ ਪਹਿਰਾਵਾ ਵੱਖਰਾ, ਮਤਲਬ ਇਹ ਇਹ ਚੀਜ਼ਾਂ ਧੱਕੇ ਨਾਲ ਆਪਾਂ ਕਿੱਦਾਂ ਰਲ ਗੱਡ ਕਰ ਸਕਦੇ, ਔਰੰਗਜ਼ੇਬ ਵਾਲੀ ਹੋ ਗਈ ਨਾ ਵੀ ਇੱਕੋ ਜਿਹੇ ਸਾਰੇ ਨਹੀਂ ਕਰ, ਤਾਂ ਉਦੋਂ ਜਿਹੜਾ ਹੈਗਾ ਫਿਰ ਨਿੱਤਰੇ ਇਸ ਤਰ੍ਹਾਂ ਦੇ ਜਿਹੜੇ ਖਰਬੂਜੇ ਸਰਕਾਰ ਦੇ ਅਵਾਰਡਾਂ ਦੇ ਉੱਤੇ ਮਸ਼ਹੂਰ ਹੋਏ ਜਿਹੜੇ ਸੋ ਕਾਲਡ ਮਾਨ ਸੀਗੇ, ਫਿਰ ਇਹਨੇ ਬਿਆਨ ਦਿੱਤਾ ਕਹਿੰਦਾ ਵੀ ਜੇ ਮਾਂ ਪੰਜਾਬੀ ਅਤੇ ਮਾਸੀ ਦਾ ਵੀ ਸਤਿਕਾਰ ਕਰ ਲਓ, ਮਤਲਬ ਇਹ ਤਰੀਕੇ ਨਾਲ ਲੋਕਾਂ ਦੇ ਮਨ ਦੇ ਵਿੱਚ ਉਹ ਗੱਲ ਬਿਠਾਉਣ ਦੀ ਕੋਸ਼ਿਸ਼ ਕੀਤੀ ਵੀ ਬਗਾਡੇ ਦੀ ਗੱਲ ਸ਼ਾਇਦ ਫਿੱਟ ਨਾ ਪਵੇ, ਇਹਦੀ ਇਹਦੀ ਬਹਿ ਜੂਗੀ, ਜੇ ਇਹਦੇ ਵਰਗੇ ਬੰਦੇ ਪੈਦਾ ਹੋਏ ਹੁੰਦੇ 1716 ਤੋਂ ਬਾਅਦ, ਕਿਤੇ ਇਹਨਾਂ ਦੀ ਗਿਣਤੀ ਵਧੀ ਹੁੰਦੀ ਤਾਂ ਅੱਜ ਸਾਡੇ ਕੀ ਹਾਲਾਤ ਹੋਣੇ ਸੀ, ਅੱਜ ਸਿੱਖਾਂ ਦਾ ਖੁਰਾ ਖੋਜ ਵੀ ਮਿਟ ਜਾਣਾ ਸੀ। ਜੇ ਇਹਨਾਂ ਵਰਗੀ ਸੋਚ ਵਾਲੇ ਬੰਦੇ ਹੁੰਦੇ ਅਫਗਾਨ ਤਾਂ ਕੀ, ਅਸੀਂ ਤਾਂ ਲਾਹੌਰ 'ਚ ਵੜਨ ਜੋਗੇ ਨਹੀਂ ਸੀ ਰਹਿਣਾ, ਸਹੀ, ਅਸੀਂ ਤਾਂ ਆਪਦਾ ਹਰਿਮੰਦਰ ਸਾਹਿਬ ਵੀ ਆਜ਼ਾਦ ਨਹੀਂ ਸੀ ਕਰਾ ਲੈਣਾ ਜੇ ਇਹੋ ਜਿਹੇ ਨਚਾਰਾਂ ਦੇ ਮਗਰ ਸਾਡੀ ਸੋਚ ਹੁੰਦੀ ਤਾਂ, ਸਹੀ। ਸੋ ਮੈਂ ਤਾਂ ਇਹੀ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰੂੰਗਾ, ਜਿਹੜਾ ਇਹਨਾਂ ਦੀ ਫਿਤਰਤ ਹੈ ਨਾ, ਇਹਨਾਂ ਨੂੰ ਉੱਥੇ ਰਹਿਣ ਦਿਆ ਕਰੋ, ਸਹੀ, ਨੱਚ ਕੇ ਗਾ ਕੇ ਰੋਟੀ ਖਾਣ ਵਾਲੇ ਨੂੰ ਵੱਡੀਆਂ ਗੱਲਾਂ 'ਤੇ ਨਾ ਲੈ ਕੇ ਆਓ, ਨਾ ਇਹਨਾਂ ਨੂੰ ਕੌਮ ਦੀ ਗੱਲ ਪੁੱਛੋ, ਨਾ ਇਹਨਾਂ ਨੂੰ ਪੰਜਾਬ ਦੀਆਂ ਗੱਲਾਂ ਕਰਨ ਦਿਓ, ਇਹਨਾਂ ਦੀ ਔਕਾਤ ਹੈ ਉਹ ਰਹਿਣ ਦਿਓ, ਇਹਨਾਂ ਨਾਲ ਬਾਲਾ ਵਿਤ ਬੋਲਣ ਦਾ ਤਾਂ ਇਹਨਾਂ ਨੂੰ ਉੱਪਰ ਲਿਜਾਣ ਦਾ ਸਾਡਾ ਕੋਈ ਆਈਡੀਆ ਨਹੀਂ, ਸਾਡੇ ਕੋਈ ਹੀਰੋ ਨਹੀਂ ਜੀ, ਸਾਡੇ ਕੀ ਕੀਤਾ ਕੀ ਪੰਜਾਬ ਦਾ। ਭਾਈ ਸਾਹਿਬ ਮੈਨੂੰ ਦੱਸੋ, ਅੱਜ ਤੀਕਰ ਇਹਨਾਂ ਨੇ ਨੱਚ ਗਾ ਕੇ ਪੈਸੇ ਕਮਾਏ ਨੇ ਤੇ ਕਹਿੰਦੇ ਨੇ ਸੇਵਾ ਕੀਤੀ, ਸੇਵਾ ਕੀਤੀ ਪੰਜਾਬ ਦੀ, ਬਹੁਤ ਸੇਵਾ ਕੀਤੀ ਸੀ, ਸਰਦਾਰ ਜਸਵੰਤ ਸਿੰਘ ਖਾਲੜੇ ਨੇ ਸੇਵਾ ਕੀਤੀ ਸੀ, ਕੁਝ ਖਾਕੂਆਂ ਨੇ ਉਦੋਂ ਉਸ ਵਕਤ ਜਿਹੜੇ ਉਦੋਂ ਖਾਕੂ ਸੀ ਸੇਵਾ ਕੀਤੀ ਸੀ, ਸਰਦਾਰ ਕਰਤਾਰ ਸਿੰਘ ਸਰਾਭੇ ਨੇ ਤੇ ਸੇਵਾ ਕੀਤੀ ਸੀ, ਗਦਰੀ ਬਾਬਿਆਂ ਨੇ ਸਾਹਮਣੇ ਫਾਂਸੀ ਜਾਂ ਰੱਸਾ ਲਮਕਦਾ ਹੈ ਤੇ ਹੱਸ ਕੇ ਗੱਲ 'ਚ ਪਾਉਣਾ ਉਹ ਹੁੰਦੀ ਹੈ ਸੇਵਾ, ਤੇ ਨੱਚ ਕੇ ਤੇ ਕੁੜੀਆਂ ਦੇ ਲੱਕ ਮਹੀਨੇ ਤੇ ਕੁੜੀਆਂ ਦੀਆਂ ਗੱਲਾਂ ਕਰਨੀਆਂ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਹਾਉਣਾ ਕਿ ਵਾਹੁੰਦੀ ਗਾਣੇ ਗਾਉਣ ਲੱਗੀ, ਆਹ ਗਾਣੇ ਗਾਉਂਦਾ ਹੁੰਦਾ ਸੀ ਇਹ, ਤੇਰੀ ਸੇਵਾ ਕੀ ਆ, ਕੀ ਸੇਵਾ ਕੀਤੀ ਪੰਜਾਬ ਦੀ ਤੂੰ, ਦੱਸਦੇ ਨਾ ਤੂੰ ਪੰਜਾਬ ਦੀ ਸੇਵਾ ਕੀਤੀ ਹੈ, ਕੋਈ ਸੇਵਾ ਨਹੀਂ ਕੀਤੀ, ਤੂੰ ਤਾਂ ਪੱਠਾ ਪਾਇਆ ਸ਼ਰਾਬ ਦਾ ਨਾਂ ਲੈ ਕੇ, ਕੁੜੀਆਂ ਦੇ ਵਾਲਾਂ ਦੇ ਨਾਂ ਲੈ ਕੇ, ਤੂੰ ਘਰਾਂ ਦੇ ਘਰਾਂ ਦਾ ਬੇੜਾ ਗਰਕ ਕੀਤਾ, ਤੂੰ ਸਾਡਾ ਹੀਰੋ ਨਹੀਂ ਜੀ, ਸਾਡਾ ਹੀਰੋ ਤਾਂ ਅੱਜ ਦੇ ਜ਼ਮਾਨੇ ਸਰਦਾਰ ਜਸਵੰਤ ਸਿੰਘ ਖਾਲੜਾ ਹੀ ਹੈ ਜੀ। ਤਾਂ ਜਿਸ ਵਕਤ ਪੰਜਾਬ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜੇ ਅਣਪਛਾਤੇ ਲਾਸ਼ਾਂ ਕਹਿ ਕਹਿ ਕੇ ਸਾੜ ਕੇ ਸਿੱਖਾਂ ਦਾ ਹਿਸਾਬ ਮੰਗਿਆ, ਉਸ ਵਕਤ ਦੇ ਸਿੱਖ ਹੁਣ ਉਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਹੋਰ ਵੀ ਲੋਕ ਸ਼ਾਮਿਲ ਸੀ, ਤਾਂ ਉਸ ਵਕਤ ਸਰਕਾਰ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਪ੍ਰਮੋਟ ਕੀਤਾ, ਅਖਾੜੇ ਸੱਭਿਆਚਾਰ ਦੇ ਨਾਂ ਦੇ ਉੱਤੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ, ਵੱਡੇ ਵੱਡੇ ਅਵਾਰਡ ਉਸ ਤਰ੍ਹਾਂ ਹੀ ਕੁਦਰਤੀ ਝੋਲੀ ਨਹੀਂ ਪੈਂਦੇ, ਹੁਣ ਵੀ ਜਿੱਥੇ ਲੋਕਾਂ ਦੇ ਵਿੱਚ ਉਸ ਬੰਦੇ ਦੀ ਇੱਜ਼ਤ ਨਾ ਹੋਵੇ ਅਤੇ ਸਰਕਾਰ ਅਵਾਰਡ ਦੇ ਰਹੀ ਹੋਵੇ ਉਹਦੇ ਮਾਇਨੇ ਕੁਛ ਹੋਰ ਹੁੰਦੇ। ਅੱਜ ਤੋਂ 2-4-5 ਸਾਲਾਂ ਬਾਅਦ ਜਿਹੜੇ ਬੰਦਿਆਂ ਨੂੰ ਹੁਣ ਸਰਕਾਰੀ ਅਵਾਰਡ ਮਿਲ ਰਹੇ ਉਹਨਾਂ ਦੀ ਚਰਚਾ ਹੋਊਗੀ ਹੋਊਗੀ। ਇੱਕ ਹੋਰ ਜਿਹੜਾ ਪਿਛਲੇ ਦਿਨ ਨਾ ਜੀ ਉਹ ਜਗਰਾਓਂ ਦੇ ਲਾਗੇ ਬਲਜਿੰਦਰ ਸਿੰਘ ਹੈ ਚੰਜ ਘਾਟ, ਨਾਨਕਸਰ ਸੰਪਰ ਦਾ ਬੜੀ ਸਤਿਕਾਰ ਯੋਗ ਆ, ਪੁਰਾਣੇ ਮਹਾਂਪੁਰਸ਼ ਬੜੇ ਧੰਨ ਧੰਨ ਹੋਏ ਨੇ, ਬੜੀ ਬਾਣੀ ਪੜ੍ਹੀ, ਸਿੱਖਾਂ ਲੋਕਾਂ ਨੂੰ ਸਿੱਖਾਂ ਨਾਲ ਜੋੜਿਆ, ਪਰ ਹੁਣ ਜਿਹੜਾ ਚਰਨ ਘਾਟ ਵਾਲਾ ਸਾਧ ਹੈ ਉਹਨੇ ਭੋਰਾ ਬਣਾਇਆ ਹੋਇਆ ਸੀਗਾ, ਭੋਰੇ ਦੇ ਵਿੱਚ ਜਿਹੜਾ ਉਹਨੇ ਬਹੁਤ ਸਾਰਾ ਕੁਛ ਜਿਹੜਾ ਗਲਤ ਸਮਾਨ ਜਿਹੜਾ ਸਾਜੋ ਸਮਾਨ ਸੰਭੋਗ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਪੂਰਾ ਸੀ ਉਹ ਰੱਖਿਆ ਹੋਇਆ ਸੀ, ਅਯਾਸ਼ੀ ਕਰ ਰਿਹਾ ਸੀਗਾ, ਉਹਦੀ ਵਿਰੋਧਤਾ ਕੀਤੀ ਅੰਮ੍ਰਿਤਪਾਲ ਸਿੰਘ ਮਹਿਰੋ ਨੇ, ਉਹਨੂੰ ਨੰਗਾ ਕਰ ਦਿੱਤਾ। ਚਲੋ ਲੋਕਾਂ ਦੀ ਕਿਸੇ ਪੱਧਰ 'ਤੇ ਅੰਮ੍ਰਿਤਪਾਲ ਸਿੰਘ ਮਹਿਰੋ ਨਾਲ ਅਸਹਿਮਤੀ ਜਾਂ ਸਹਿਮਤੀ ਹੋ ਸਕਦੀ ਹੈ, ਪਰ ਇਹ ਮੁੱਦੇ ਦੇ ਉੱਤੇ ਪੰਥ ਦੇ ਵੱਡੇ ਆਗੂਆਂ ਦਾ ਚੁੱਪ ਰਹਿਣਾ,
ਮਤਲਬ ਇਹਦੇ ਕੀ, ਕਿਉਂਕਿ ਬੇਅਦਬੀ ਹੈ ਨਾ, ਉਹ ਬੇਅਦਬੀ ਨਹੀਂ ਗੀ, ਉੱਤੇ ਮਾਰੇ ਪ੍ਰਕਾਸ਼ ਹੈ ਧਾਰਮਿਕ ਸੰਸਥਾਨ ਦੀ ਹਦੂਦ ਅੰਦਰ ਉਹ ਔਰਤਾਂ ਨੂੰ ਆਪਣੀਆਂ ਗੱਲਾਂ 'ਚ ਲਿਆ ਕੇ, ਬੇਸ਼ੱਕ ਔਰਤ ਦੀ ਵੀ ਕਿਤੇ ਗਲਤੀ ਹੋਊਗੀ, ਸਹਿਮਤ ਹੋ ਗਈ ਆ ਜੋ ਵੀ ਹੋਵੇ, ਪਰ ਜਿੱਦਾਂ ਇੱਕ ਇੱਕ ਮੁਖੀ ਹੈ ਪੰਥ ਦਾ, ਸਤਿਕਾਰਯੋਗ ਮੁਖੀ ਹੈ, ਉਹਨੂੰ ਲੋਕ ਮੱਥਾ ਟੇਕਦੇ ਨੇ ਵੀ ਬਾਬਾ ਚ ਬਲਜਿੰਦਰ ਸਿੰਘ ਚਰਨ ਘਾਟ, ਮਤਲਬ ਇਹ ਇਹ ਤਾਂ ਸਿੱਖ ਆਗੂਆਂ ਦਾ ਚੁੱਪ ਰਹਿਣਾ ਕੀ ਮਾਇਨੇ ਨੇ? ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਅੰਮ੍ਰਿਤਪਾਲ ਮਹਿਰੋ ਕਿਸੇ ਦੀ ਕੋਈ ਤੁਹਾਡੀ ਗੱਲ ਆ ਕੋਈ ਲਾਗ ਦਾਟ ਆ, ਉਹ ਡਿਫਰੈਂਟ ਚੀਜ਼ ਹੈ, ਪਰ ਉਹਦਾ ਸੋਚ ਅਤੇ ਪਲੇਟਫਾਰਮ ਇੱਕ ਅਲੱਗਦਾ ਹੈ। ਉਹ ਉਹਦੀ ਕੀ ਸੋਚ ਹੈ, ਉਹਨੇ ਜਾ ਕੇ ਬੰਦਾ ਫੜ ਲਿਆ, ਕੋਈ ਬੰਦਾ ਗਲਤ ਕੰਮ ਕਰਦਾ ਤਾਂ ਉਹਨੂੰ ਫੜਿਆ ਉਹਨੇ, ਜੇ ਉਹਨੂੰ ਲਾਲਚ ਹੁੰਦਾ ਜੋ ਮਰਜ਼ੀ ਕਰ ਲੈਂਦਾ ਉੱਥੇ, ਉਹ ਤਾਂ ਪ੍ਰੋਬਲਮ ਸੋਲਵ, ਉਹ ਤਾਂ ਜਦੋਂ ਮਰਜ਼ੀ ਪ੍ਰੋਬਲਮ ਸੋਲਵ ਕਰ ਲੈਂਦਾ। ਹੁਣ ਤੁਸੀਂ ਕੁਛ ਲੀਡਰਾਂ ਬਾਰੇ ਗੱਲ ਕੀਤੀ, ਕੁਛ ਲੀਡਰ ਸਾਰੇ ਤਾਂ ਆਪਾਂ ਨਹੀਂ ਕਹਿ ਸਕਦੇ, ਪਰ ਕੁਛ ਲੀਡਰ ਡਰਦੇ ਨੇ ਇਹਨਾਂ ਚੀਜ਼ਾਂ ਤੋਂ, ਉਹ ਖੁਦ ਇਹੋ ਜਿਹੇ ਕੰਮਾਂ 'ਚ ਘਿਰੇ ਹੋਏ ਨੇ, ਉਹਨਾਂ ਨੂੰ ਡਰ ਹੈ ਕਿ ਜੇ ਇਹਦਾ ਵਿਰੋਧ ਕਰਾਂਗੇ ਤਾਂ ਡੇਰਿਆਂ ਦੇ ਅੰਦਰ ਇਹਨਾਂ ਲੋਕਾਂ ਦੀਆਂ ਅਸ਼ਲੀਲ ਚੀਜ਼ਾਂ ਪਈਆਂ ਹੋਈਆਂ ਨੇ, ਇਹਨਾਂ ਲੋਕਾਂ ਦੇ ਡੇਰੇ ਪ੍ਰਮੋਟ ਕੀਤੇ ਨੇ, ਜਿਹਨੇ ਡੇਰਾ ਪ੍ਰਮੋਟ ਕੀਤਾ ਹੋਵੇ ਪੰਜਾਬ ਦੇ ਅੰਦਰ ਉਹ ਡਰਦਾ ਹੀ ਨਹੀਂ ਬੋਲਦਾ ਪਿਆ, ਅਗਲਾ ਦਾ ਕੱਲ੍ਹ ਨੂੰ ਸਾਡੀਆਂ ਗੱਲਾਂ ਬਾਹਰ ਆਉਣਗੀਆਂ। ਸਹੀ, ਕਿਉਂਕਿ ਸਿੱਖਾਂ ਦੇ ਅੰਦਰ ਮੈਂ ਇਹੀ ਕਹਿੰਦਾ ਸਾਡਾ ਕਿਰਦਾਰ ਖਤਮ ਹੋ ਗਿਆ, ਅਸੀਂ ਡੇਰੇ ਪ੍ਰਮੋਟ ਕੀਤੇ, ਇੱਕ ਡੇਰਾ ਪ੍ਰਮੋਟ ਕੀਤਾ ਮਗਰ ਜਿਹਦੇ ਲੱਖ ਬੰਦਾ ਲੱਗ ਗਿਆ, ਅਸੀਂ ਵੋਟਾਂ ਮਗਰ ਮਰੇ, ਅਸੀਂ ਆਪਦੀ ਕੌਮ ਮਗਰ ਤਾਂ ਖਲੋਤੇ ਹੀ ਨਹੀਂ, ਵੋਟਾਂ ਤਾਂ ਫਿਰ ਵੀ ਪੈ ਜਾਣੀਆਂ ਸੀ, ਇਹਨਾਂ ਦੇ ਸਾਹਮਣੇ ਹਸ਼ਰ ਹੈ, ਇੱਕ ਪਾਰਟੀ ਦਾ ਇਹਨਾਂ ਦੇ ਲੋਕਾਂ ਦੇ ਸਾਹਮਣੇ ਅਸ਼ਰ ਹੈ ਕਿ ਉਸ ਪਾਰਟੀ ਨੇ ਆਪਦਾ ਧਰਮ ਛੱਡਿਆ, ਇਮਾਨ ਛੱਡਿਆ, ਸਾਰਾ ਦੀਨ ਧਰਮ ਸਭ ਤਿਆਗਤਾ, ਅੱਜ ਕਿੱਥੇ ਗਈ, ਹਾਸ਼ੀਏ 'ਤੇ ਗਈ ਜੀ। ਜੇ ਕਿਤੇ ਤੁਸੀਂ ਆਪਦੀ ਕੌਮ ਦੇ ਨਾਲ ਖਲੋ ਜਾਓ ਅਤੇ ਸੱਚ ਦੇ ਸੱਚ ਬੋਲ ਦਿਓ ਅਤੇ ਹੋਰ ਤੋਂ ਤੁਹਾਨੂੰ ਕੀ ਚਾਹੀਦਾ? ਸਹੀ, ਇਹ ਗੱਦੀਆਂ ਦਾ ਰਾਜ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਇਹਨਾਂ ਦਾ ਕੀ ਹਾਲਾਤ ਆ ਮੈਂ ਤੁਹਾਨੂੰ ਦੱਸਣਾ। ਹੁਣ ਆਪਾਂ ਬੋਲਦੇ ਹਾਂ, ਮੈਂ ਇੱਕ ਵਾਰੀ ਬੋਲਿਆ ਤਾਂ ਜਿਹੜੇ ਮੈਂ ਲੀਡਰਾਂ ਦੇ ਖਿਲਾਫ਼ ਬੋਲ ਰਿਹਾ ਸੀ ਅਕਾਲੀਆਂ ਦੇ, ਤਾਂ ਡੇਰਾ ਪ੍ਰੇਮੀ ਮੈਨੂੰ ਥੱਲੇ ਗਾਲਾਂ ਕੱਢੀ ਜਾਂਦੇ ਸੀ। ਅੱਛਾ, ਜਦੋਂ ਮੈਂ ਸਰਸੇ ਵਾਲੇ ਸਾਧ ਦੇ ਉਲਟ ਬੋਲਿਆ ਅਤੇ ਥੋੜ੍ਹੇ ਦਿਨਾਂ ਬਾਅਦ ਕਮੈਂਟ ਜਿਹੜੇ ਅਕਾਲੀ ਮੇਰੇ ਉਹ 'ਚ ਬੋਲਦੇ ਸੀ, ਹੁਣ ਦੋ ਜਿਸਮ ਇੱਕ ਜਾਣ, ਉਹ ਤਾਂ ਗਿਆ ਕੰਮ, ਗੱਲ ਤਾਂ ਇੱਕੋ ਹੀ ਆ ਗਈ ਨਾ ਜੀ। ਇਹ ਤਾਂ ਇਹਨਾਂ ਦੇ ਹਾਲਾਤ ਨੇ, ਇਹਨਾਂ ਤੋਂ ਤੁਸੀਂ ਕੀ ਭਾਲਦੇ ਹੋ? ਕੁਛ ਨਹੀਂ ਹੋਣਾ, ਇਹ ਤਾਂ ਫਿਰ ਸਰਾਜ ਸੰਤ ਸਿੰਘ ਖਾਲੜਾ ਜਾਂ ਬੜੇ ਵਧੀਆ ਜਿਹੜੇ ਬੰਦੇ ਬੈਠੇ ਨੇ ਪੰਜਾਬ 'ਚ ਅੱਜ ਵੀ ਜਿਉਂਦੇ ਜਾਗਦੇ ਨੇ, ਉਹੋ ਜਿਹੇ ਬੰਦੇ ਜਦ ਤੱਕ ਅੱਗੇ ਨਹੀਂ ਆਉਂਦੇ ਤਦ ਤੱਕ ਕੌਮ ਦਾ ਕੋਈ ਵਧੀਆ ਅਸ਼ਰ ਨਹੀਂ ਹੋਣਾ। ਅਤੇ ਇਹ ਡੇਰੇ ਨੇ ਜਿਹੜੇ ਉਹ ਸਾਡੀਆਂ ਬੀਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜੀ, ਜੇ ਤੁਹਾਨੂੰ ਹਰਿਮੰਦਰ ਸਾਹਿਬ 'ਚ ਕੁਛ ਨਹੀਂ ਮਿਲਿਆ ਨਾ, ਜੇ ਤੁਹਾਨੂੰ ਫਤਿਹਗੜ੍ਹ ਸਾਹਿਬ ਅਤੇ ਅਨੰਦਪੁਰ ਸਾਹਿਬ 'ਚ ਕੁਛ ਨਹੀਂ ਮਿਲਦਾ ਤਾਂ ਫਿਰ ਡੇਰਿਆਂ 'ਚ ਕੁਛ ਨਹੀਂ ਮਿਲਣਾ ਬੀਬਾ। ਜੇ ਪੰਜਾਬ ਦੀ ਧਰਤੀ ਤੋਂ ਕੱਖ ਨਹੀਂ ਮਿਲਿਆ ਤਾਂ ਫਿਰ ਤੈਨੂੰ ਮਿਲਣਾ ਕਿਤੋਂ ਵੀ ਨਹੀਂ। ਦੇਖੋ ਇੱਕ ਅਟਰੈਕਸ਼ਨ ਹੁੰਦੀ ਹੈ, ਬੰਦੇ ਦੇ ਸਾਹਮਣੇ ਕੋਈ ਲੇਡੀ ਆਊਗੀ, ਇੱਕ ਡਿਫਰੈਂਟ ਅਟਰੈਕਸ਼ਨ ਹੈ। ਇਹ ਲਾਅ ਦੇ ਅੰਦਰ ਮੈਂ ਬਹੁਤ ਦੇਖ ਚੁੱਕਾ, ਕੋਈ ਰਿਸ਼ਤਾ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਮੇਰੇ ਕੋਲ ਡੇਲੀ ਇਹੋ ਜਿਹੇ ਮੈਟਰ ਆਉਂਦੇ ਨੇ। ਇਹਨਾਂ ਤੋਂ ਤਾਂ ਆਪਦੀਆਂ ਧੀਆਂ ਭੈਣਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਤੁਹਾਨੂੰ। ਕਾਨੂੰਨੀ ਤੌਰ 'ਤੇ ਖਰਾ ਸਾਹਿਬ ਕੀ ਪੱਖ ਆ, ਮਤਲਬ ਜਿੱਦਾਂ ਇੱਕ ਪਹਿਲਾਂ ਔਰਤ ਨੇ ਉਹਦੇ ਖਿਲਾਫ਼ ਜਿਹੜਾ ਬਿਆਨ ਦਿੱਤੇ ਕੋਰਟ 'ਚ, ਕੋਰਟ ਤੱਕ ਸ਼ਾਇਦ ਗੱਲ ਰਹਿੰਦੀ ਸੀ ਅਜੇ, ਥਾਣੇ 'ਚ FIR ਦਰਜ ਹੋ ਗਈ ਸਾਧ ਦੇ ਖਿਲਾਫ਼, ਮਹਿਰੋ ਹੋਣਾ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ 'ਚ, ਉੱਥੇ ਰੋ ਵੀ ਪਏ, ਉਹ ਕਹਿੰਦੇ ਵੀ ਇੰਨਾ ਕੁਛ ਹੋ ਰਿਹਾ, ਕੁੜੀ ਥਾਣੇ ਪਰਚਾ ਦਰਜ ਕਰਾਉਣ ਜਾਂਦੀ ਹੈ ਉਹ ਮੋੜ ਦਿੰਦੇ ਅਫਸਰ ਉੱਥੋਂ, ਮਤਲਬ ਅਦਾਲਤੀ ਕੀ ਹੈ ਜਿਹੜੀ ਬਿਆਨ FIR ਹੋ ਕੇ ਮੁੱਕਰ ਗਈ, ਹੁਣ ਇੱਕ ਹੋਰ ਨੇ ਬਿਆਨ ਦਿੱਤੇ ਨੇ, ਇਹਨਾਂ 'ਚ ਕੁਛ ਅੱਗੇ ਜਾ ਕੇ ਬਣਦਾ ਇਹਨਾਂ ਕਿਸੇ? ਦੇਖੋ ਗੱਲ ਇਸ ਤਰ੍ਹਾਂ ਹੈ, ਜੇ ਹੁਣ ਲੜਕੀ ਮਚਿਓਰ ਹੈ, 18 ਤੋਂ ਉੱਪਰ ਹੈ, ਉਹ ਕੋਰਟ 'ਚ ਆ ਕੇ ਸਟਾਈਲ ਹੋ ਜਾਂਦੀ ਹੈ ਅਤੇ ਕੋਰਟ ਉਹਨੂੰ ਸਜ਼ਾ ਨਹੀਂ ਕਰ ਸਕਦੀ। ਅੱਛਾ, ਕੋਰਟ ਕੋਲ ਤਾਂ ਐਵੀਡੈਂਸ ਆਊਗੀ ਨਾ ਜੀ, ਕਿਉਂ ਦੇਖੋ ਇਸ ਦੇ ਵਿੱਚ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਹੋ ਸਕਦਾ, ਜੇ ਕੋਈ ਆਜ਼ਾਦ ਗਵਾਹ ਆਵੇ ਤਾਂ ਰੇਪ ਹੋਵੇ ਹੀ ਨਾ, ਰੇਪ ਦਾ ਮਤਲਬ ਤਾਂ ਇਕੱਲੀ ਵਿਕਟਮ ਹੀ ਗਵਾਹੀ ਦਿੰਦੀ ਹੈ,
ਵਿਕਟਿਮ ਹੀ ਦੱਸੂਗੀ ਨਾ ਕਿ ਮੇਰੇ ਨਾਲ ਆਹ ਹੋਇਆ ਤੇ ਵਿਕਟਿਮ ਕਹਿੰਦੀ ਮੇਰੇ ਨਾਲ ਰੇਪ ਨਹੀਂ ਹੋਇਆ ਤਾਂ ਉਹ ਕੇਸ ਪ੍ਰੂਫ ਨਹੀਂ ਹੁੰਦਾ। ਕਾਰਨ ਕੀ ਹੈ, ਸਾਡੇ ਕੇਸਾਂ ਦੇ ਵਿੱਚ ਮੈਕਸੀਮਮ ਪ੍ਰੋਬਲਮ ਹੈ ਇਹੋ ਜਿਹੇ ਬੰਦਿਆਂ ਦੀ ਅਪਰੋਚ ਬਹੁਤ ਹੁੰਦੀ ਹੈ। ਸਹੀ, ਜਿੱਦਣ ਪਰਚਾ ਦਰਜ ਹੁੰਦਾ ਉਹ ਥੋੜ੍ਹੇ ਦਿਨਾਂ ਦੇ ਬਾਅਦ ਹੀ ਕੁਛ ਘੰਟਿਆਂ ਦੇ ਬਾਅਦ ਹੀ ਪੈਸਾ ਚੜ੍ਹਨ ਲੱਗ ਪੈਂਦਾ। ਲੋਕ ਕੋਰਟਾਂ 'ਚ ਆ ਕੇ ਮੈਕਸੀਮਮ ਹੋਸਟਾਈਲ ਹੁੰਦੇ ਨੇ, ਉਹ ਗਵਾਹ ਮੁੱਕਰ ਜਾਂਦੇ ਨੇ, ਉਹ 'ਚ ਅਦਾਲਤ ਕੁਛ ਨਹੀਂ ਕਰ ਸਕਦੀ। ਅੱਛਾ, ਹਾਂ, ਜੇ ਕੋਈ ਮਾਈਨਰ ਬੱਚਾ ਹੈ ਤਾਂ ਫਿਰ ਤਾਂ ਡਿਫਰੈਂਟ ਚੀਜ਼ ਸੋਚੀ ਜਾ ਸਕਦੀ ਹੈ, ਪਰ ਜ਼ਿਆਦਾਤਰ ਕੇਸਾਂ ਜਦੋਂ ਗਵਾਹ ਮੁੱਕਰ ਗਿਆ, ਮਾਈਨਰ ਵੀ ਮੁੱਕਰ ਜੇ ਤਾਂ ਪੱਲੇਗੀਰੀ ਦਾ ਕੇਸ ਦੇ ਫਿਰ ਕੋਰਟ ਦਾ ਵਿੱਚ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਹੋ ਸਕਦੀ। ਕਿਉਂਕਿ ਨਾ ਆਮ ਹੀ ਸਿੱਖਾਂ ਦਾ ਵੀ ਇਹ ਚਰਚਾ ਆਪਾਂ ਵੀ ਕਈ ਵਾਰੀ ਕਰਦੇ ਜੀ, ਪ੍ਰਚਾਰ ਨਹੀਂ ਹੋ ਰਿਹਾ। ਹਾਲਾਂਕਿ ਪ੍ਰਚਾਰ 'ਤੇ ਕਿੰਨਾ ਪ੍ਰਚਾਰ ਹੋ ਰਿਹਾ, ਹੁਣ ਜਦੋਂ ਪ੍ਰਚਾਰ ਕੀ ਬਲਜਿੰਦਰ ਬਾਬੇ ਵਰਗੇ ਹੋਣਗੇ ਤਾਂ ਕੀ ਅਸਰ ਹੋਊ? ਹੁਣ ਬਲਜਿੰਦਰ ਦੀ ਜਦੋਂ ਅਸੀਂ ਵੀਡੀਓ ਵੇਖਦੇ ਹਾਂ ਨਾ, ਐਂ ਬਗਲਾ ਭਗਤ ਲੱਗਦਾ ਵੀ ਇਹ ਤਾਂ ਬਾਈ ਇੰਨਾ ਵੱਡਾ। ਅਸੀਂ ਨਾ ਉਹੀ ਗੱਲ ਹੈ ਨਾ ਜੀ, ਇਹਨਾਂ ਨੂੰ ਗਾਉਣ ਵਾਲਿਆਂ ਨੇ ਅਤੇ ਕਥਾ ਵਾਲਿਆਂ ਨੂੰ ਅਸੀਂ ਉੱਪਰ ਬੜਾ ਚੁੱਕ ਲਿਆ। ਉਹ ਇੱਕ ਇਨਸਾਨ ਹੈ ਯਾਰ, ਉਹਨੂੰ ਉੱਥੋਂ ਤੱਕ ਹੀ ਰਹਿਣ ਦਿਓ ਨਾ ਜੀ, ਜਿਹੜੀ ਉਹਦੀ ਡਿਊਟੀ ਹੈ ਉਹਨੂੰ ਉੱਥੋਂ ਤੱਕ ਹੀ ਰਹਿਣ ਦਿਓ ਜੀ। ਉਹ ਤੁਹਾਨੂੰ ਸਾਹਿਬਜ਼ਾਦਿਆਂ ਦੀ ਗੱਲ ਸੁਣਾਉਂਦਾ, ਬੜੀ ਵਧੀਆ ਗੱਲ ਆਉਂਦੀ, ਇੱਜ਼ਤ ਕਰੋ, ਪਰ ਉਹਨੂੰ ਬਾਬਾ ਦਾ ਨਾਮ ਮੰਨੋ ਨਾ ਜੀ। ਹੁਣ ਇੱਕ ਸਿੰਗਰ ਉਹ ਸਟੇਜ 'ਤੇ ਨੱਚਦਾ ਗਾਉਂਦਾ ਹੈ ਯਾਰ, ਉਹਨੂੰ ਹੀਰੋ ਤਾਂ ਨਾ ਮੰਨੋ ਆਪਦਾ, ਤੁਹਾਡਾ ਦਿਲ ਪਰਚਾਵਾ ਕਰਕੇ ਗਿਆ, ਜਾਣ ਦਿਓ, ਕਰਾਉਣਾ ਸੀ ਉਸ ਤੋਂ ਕੀ। ਸਹੀ, ਠੀਕ ਹੈ ਨਾ। ਸਹੀ, ਉਹ ਗੱਲਾਂ ਡਿਫਰੈਂਟ ਨੇ, ਪਰ ਬਾਬਿਆਂ ਨੂੰ ਨਾ ਮੰਨੋ। ਤੁਹਾਡੇ ਕੋਲ ਤਾਂ ਇੰਨਾ ਇਤਿਹਾਸ ਪਿਆ ਪੰਜਾਬ ਦੇ ਅੰਦਰ, ਤੂੰ ਤਾਂ ਗੱਲ ਹੀ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰੋ ਡੇਰਿਆਂ 'ਚ ਲੰਮੇ ਪਿਆ ਰਹਿੰਦਾ, ਕੰਮ ਤਾਂ ਆਪਦੀ ਕੌਮ ਦੇ ਕਰਨੇ ਨੇ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਇਹਨਾਂ ਹੀਰੋ ਨੂੰ ਅਤੇ ਇਹਨਾਂ ਬਾਬਿਆਂ ਨੂੰ ਪਾਸੇ ਕਰਨਾ ਚਾਹੀਦਾ, ਪੰਜਾਬ ਤਾਂ ਹੀ ਬਚੇਗਾ ਜੀ। ਬਿਲਕੁਲ, ਤਾਂ ਗੁਰਦਾਸ ਮਾਨ ਤੋਂ ਲੈ ਕੇ ਬਲਜਿੰਦਰ ਚਰਨ ਘਾਟ ਵਾਲੇ ਤੱਕ ਅਸੀਂ ਗੱਲਬਾਤ ਕੀਤੀ। ਆਖਰ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬੀ ਬੋਲੀ ਦਾ ਮਾਣ ਅਖਵਾਉਣ ਵਾਲਿਆਂ ਦੀ ਜਿਹੜੀ ਸੱਚਾਈ ਕੀ ਹੈ, ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਪੁੱਤ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਸੀ, ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਸੀ, ਜਿਸ ਵਕਤ 25,000 ਅਣਪਛਾਤੀਆਂ ਲਾਸ਼ਾਂ ਦੀ ਜਿਹੜੀ ਹੈਗੀ ਹੈ ਉਹ ਡਿਟੇਲ ਭਾਈ ਜਸਵੰਤ ਸਿੰਘ ਖਾਲੜਾ ਤਿਆਰ ਕਰ ਰਹੇ ਸੀ, ਉਸ ਵਕਤ ਗੁਰਦਾਸ ਮਾਨ ਲੋਕਾਂ ਨੂੰ ਇਹ ਕਹਿ ਰਿਹਾ ਸੀ ਵੀ ਧੋਤੀ ਟੋਪੀ ਛੱਡੋ, ਪੋਥੀ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ, ਪੋਥੀ ਭਾਵ ਮਹਾਰਾਜ ਦੀ ਬਾਣੀ ਪੜ੍ਹਨੀ ਛੱਡ ਦਿਓ, ਦਿਲ ਸਾਫ਼ ਹੋਵੇ, ਬਾਣੀ ਤੋਂ ਦੂਰ ਕੀਤਾ ਫਿਰ ਕਿਹਾ ਵੀ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ। ਇਹ ਗੀਤ ਜਿਹੜੇ ਨੇ ਅਸੀਂ ਵੀ ਨਿੱਕੇ ਹੁੰਦੇ ਨੇ ਸਹਿ ਸੁਭਾਏ ਸੁਣੇ ਨੇ ਕਿ ਉਦੋਂ ਸਮਝ ਨਹੀਂ ਸੀ, ਔਰ ਜੇ ਕਿਤੇ ਅਸੀਂ ਕਿਸੇ ਉਸ ਤਰ੍ਹਾਂ ਦੇ ਚੰਗੇ ਬੰਦਿਆਂ ਦੀ ਸੰਗਤ ਨਾ ਕੀਤੀ ਹੁੰਦੀ, ਅੱਜ ਨੂੰ ਅਸੀਂ ਵੀ ਸ਼ਾਇਦ ਇਹਦੇ ਹੱਕ 'ਚ ਖਲੋ ਕੇ ਨਾਅਰੇ ਮਾਰਦੇ ਜੀ ਪੰਜਾਬ ਦਾ ਮਾਣ, ਗੁਰਦਾਸ ਮਾਨ। ਤਾਂ ਸਰਕਾਰਾਂ ਥੋਪਦੀਆਂ ਨੇ, ਹੋਰ ਉਹਨਾਂ ਨੂੰ ਕੁਛ ਨਹੀਂ ਹੈਗਾ, ਕੁਛ ਚੰਗੇ ਬੰਦੇ ਕਰਨ ਗੱਲਾਂ ਕਰਨ ਵਾਲੇ ਹੋਣਗੇ, ਉਹਨਾਂ ਦੇ ਉੱਤੇ ਰੋਕਾਂ ਲੱਗਣਗੀਆਂ। ਇਸ ਤਰ੍ਹਾਂ ਦੇ ਬੰਦਿਆਂ ਨੂੰ ਅਵਾਰਡ ਵੱਡੇ ਵੱਡੇ ਦਿੱਤੇ ਜਾਂਦੇ ਆ, ਇਹਨਾਂ ਨੂੰ ਵੋਟਾਂ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਸਟਾਰ ਜਿਹੜਾ ਹੈਗਾ ਬਣਾਇਆ ਜਾਂਦਾ ਵੀ ਲੋਕਾਂ ਨੂੰ ਤੁਸੀਂ ਵੋਟਾਂ ਵੋਟਿੰਗ ਨੂੰ ਪ੍ਰਮੋਟ ਕਰੋ ਜੀ। ਤਾਂ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਜਦੋਂ ਸਮਾਂ ਬੀਤ ਜਾਂਦਾ ਫਿਰ ਕੋਈ ਚਿਹਰੇ ਸਾਹਮਣੇ ਆਉਂਦੇ ਨੇ। ਅੱਜ ਦੀ ਘੜੀ ਦੇ ਵਿੱਚ ਜਿਹੜੇ ਵਰਲਡਵਾਈਡ ਤੁਹਾਨੂੰ ਚਿਹਰੇ ਦਿਸ ਰਹੇ ਨੇ, ਬੜੇ ਗਾ ਰਹੇ ਨੇ, ਬੜੇ ਲਿਸ਼ਕ ਪੁਸ਼ਕ ਕੇ ਸਾਹਮਣੇ ਆ ਰਹੇ ਨੇ, 50-70 ਸਾਲਾਂ ਬਾਅਦ ਉਹਨਾਂ ਨੇ ਵੀ ਆਉਣ ਵਾਲੇ ਗੁਰਦਾਸ ਮਾਨ ਹੀ ਬਣਨਾ, ਇਹ ਗੱਲ ਕਾਫੀ ਦਾਅਵੇ ਨਾਲ ਕੀਤੀ ਜਾ ਸਕਦੀ। ਅੱਜ ਬੇਸ਼ੱਕ ਤੁਹਾਨੂੰ ਉਹ 20-25 ਗਾਣਿਆਂ ਤੋਂ ਬਾਅਦ ਜਾਂ 15-20 ਫਿਲਮਾਂ ਤੋਂ ਬਾਅਦ, 10 ਫਿਲਮਾਂ ਤੋਂ ਬਾਅਦ ਇੱਕ ਅੱਧੀ ਧਾਰਮਿਕ ਫਿਲਮ ਬਣਾ ਕੇ ਕਹਿੰਦੇ ਹੁਣ ਵੀ ਵੇਖੋ ਜੀ ਅਸੀਂ ਐਡਾ ਵੱਡਾ ਧਰਮ ਦਾ ਕੰਮ ਕਰਤਾ, ਪਰ ਉਹ ਧਰਮ ਦਾ ਕੰਮ ਨਹੀਂ ਹੈ, ਉਹ ਤੁਹਾਨੂੰ ਚੋਗਾ ਪਾਇਆ ਜਾ ਰਿਹਾ, ਉਸ ਤੋਂ ਬਾਅਦ ਨਾਲ ਤੁਹਾਨੂੰ ਹੋਰ ਵੀ ਸਮਾਨ ਉਹਨਾਂ ਨੇ ਖਵਾਉਣਾ ਖਵਾਉਣਾ। ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।